ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਮੈਂ ਹਾਂ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਜੀ ਹਾਂ ਵਾਟ ਅ ਵੀਕਐਂਡ ਵਾਟ ਅ ਵੀਕਐਂਡ ਮੈਂ ਕਹਾਂਗੀ 4th ਆਫ ਜੁਲਾਈ ਵੀਕਐਂਡ ਧਮਾਕਾ ਅੱਜ 2018 ਦਾ ਬੈਸਟ ਵੀਕਐਂਡ ਰਿਹਾ 4th ਆਫ ਜੁਲਾਈ ਲੋਕ ਪਟਾਕੇ ਦੇਖਦੇ ਨੇ ਪੈਸੇ ਫੂਕਦੇ ਨੇ ਅਸੀਂ ਰੀਅਲ ਸਟਾਰਸ ਦੇਖੇ ਨੇ ਆਪਣੀ ਅੱਖਾਂ ਦੇਖੋ ਜੀ ਅਸੀਂ ਤਾਂ ਇੰਨੇ ਖੁਸ਼ ਹੋਏ ਕਿ ਅਸੀਂ ਅੱਜ ਜਿਹੜੀ ਟਾਈ ਲਾਈ ਹੈ ਨਾ ਉਹ ਵੀ ਟਾਈਗਰ ਵਾਲੀ ਕਾਲੇ ਟਾਈਗਰ ਰੀਜ਼ਨ ਸੋ ਦੋ ਟਾਈਗਰਾਂ ਨੂੰ ਮਿਲਿਆ ਨਾ ਓ ਵਾਓ ਦੋ ਅੱਛਾ ਦੂਸਰਾ ਕਿਹੜਾ ਹੈ ਪਹਿਲੇ ਦਾ ਤਾਂ ਪਤਾ ਸਲਮਾਨ ਖਾਨ ਦੂਸਰਾ ਟਾਈਗਰ ਵਿਜੇ ਤਨੇਜਾ ਉਹ ਵਿਜੇ ਤਨੇਜਾ ਜੀ ਟਾਈਗਰ ਕਹਿੰਦੇ ਨੇ ਨਾ ਕਿ ਸ਼ੇਰ ਨੂੰ ਟੱਕਰ ਸ਼ੇਰ ਹੀ ਦੇ ਸਕਦਾ ਕਹਿੰਦੇ ਨੇ ਸ਼ੇਰ ਕਭੀ ਬੁੱਢਾ ਨਹੀਂ ਹੋਤਾ ਬੁੱਢਾ ਨਹੀਂ ਹੋਤਾ ਇੱਕ ਫਿਲਮ ਦਾ ਡਾਇਲੋਗ ਮੈਂ ਦੱਸਣਾ ਸਨੀ ਦਿਓਲ ਦੀ ਫਿਲਮ ਸੀ ਤੇ ਉਹ ਬੱਚਾ ਜ਼ੂ ਜਾ ਰਿਹਾ ਹੁੰਦਾ ਤੇ ਸ਼ੇਰ ਨਾਲ ਖੇਡ ਰਿਹਾ ਹੁੰਦਾ ਮੂੰਗਫਲੀਆਂ ਮਾਰ ਮਾਰ ਕੇ ਤੇ ਉਹ ਕਹਿੰਦੇ ਉਸ ਫਿਲਮ ਦਾ ਡਾਇਲੋਗ ਕਹਿੰਦਾ ਜਦੋਂ ਸ਼ੇਰ ਪਿੰਜਰੇ 'ਚ ਹੁੰਦਾ ਨਾ ਤੇ ਬੱਚੇ ਵੀ ਮੂੰਗਫਲੀਆਂ ਮਾਰਦੇ ਨੇ ਜਦੋਂ ਖੁੱਲ੍ਹੇ ਮੈਦਾਨ 'ਚ ਆਉਂਦਾ ਫਿਰ ਕੋਈ ਨਜ਼ਰ ਨਹੀਂ ਆਉਂਦਾ ਟਰਸਟ ਮੀ ਉਸ ਦਿਨ ਇੰਜ ਹੀ ਹੋਇਆ ਦਬੰਗ ਦਾ ਵਾਟ ਏ ਸ਼ੋ ਕੈਪੀਟਲ ਅਰੀਨਾ 'ਚ ਕਮਾਲ ਹੋ ਗਈ ਇੰਨੇ ਦੇਸੀ ਐਵਰੀਬਡੀ ਵਾਸ ਹੈਪੀ ਉੱਥੇ ਵਾਕਈ ਇੱਕ ਇੱਕ ਛੋਟਾ ਹਿੰਦੁਸਤਾਨ ਜਾਂ ਛੋਟਾ ਆਪਣਾ ਹਿੰਦੁਸਤਾਨ ਨਹੀਂ ਕਹਿਣਾ ਚਾਹੀਦਾ ਕਿਉਂਕਿ ਉੱਥੇ ਪਾਕਿਸਤਾਨੀ ਬੰਗਲਾਦੇਸ਼ੀ ਸ਼੍ਰੀਲੰਕਾ UAE ਅਫਗਾਨਿਸਤਾਨੀ ਸਾਰੇ ਹੀ ਉੱਥੇ ਸੀਗੇ ਯੈਸ ਆਈ ਮੀਨ ਇਵਨ ਕਿ ਅਮਰੀਕਨ ਵੀ ਦੇਖੇ ਮੈਂ ਦੋ ਚਾਰ ਉੱਥੇ ਗੋਰੇ ਵੀ ਬੈਠੇ ਸੀਗੇ ਸੋ ਗੱਲ ਇਹ ਹੈਗੀ ਹੈ ਜੀ ਇਹ ਦਬੰਗ ਟੂਰ ਨੇ ਵਾਕਈ ਵੈਸੇ ਅੱਜ ਲਾਸਟ ਸ਼ੋਅ ਹੈ ਉਹਨਾਂ ਦਾ ਟੋਰਾਂਟੋ ਐਂਡ ਪੂਰਾ ਟੂਰ ਖਤਮ ਹੋ ਰਿਹਾ ਲੇਕਿਨ ਅਸੀਂ ਗੱਲ ਕਰ ਰਹੇ ਹਾਂ ਵਾਸ਼ਿੰਗਟਨ DC ਦੀ ਜਿਹਨੇ ਨਹੀਂ ਵੇਖਿਆ ਨਾ ਮੈਂ ਕਹਾਂਗੀ ਉਹਨੇ ਬਿਗ ਟਾਈਮ ਉਹਨੇ ਇਹ ਅਪਰਚੁਨਿਟੀ ਲੂਜ਼ ਕੀਤੀ ਹੈ ਔਰ ਇੱਕ ਗੱਲ ਹੋਰ ਮੈਂ ਤਾਰੀਫ ਐਡ ਕਰਨਾ ਚਾਹਾਂਗੀ ਕਿ ਅਸੀਂ DMV ਏਰੀਆ ਦੇ ਵਿੱਚ ਬੜੇ ਸਾਲਾਂ ਤੋਂ ਰਹਿ ਰਹੇ ਹਾਂ ਔਰ ਬੜੇ ਸਾਲਾਂ ਤੋਂ ਬਾਅਦ ਇੱਕ ਅੱਛਾ ਸ਼ੋਅ ਦੇਖਣ ਨੂੰ ਮਿਲਿਆ ਔਰ ਇੱਕ ਅੱਛੀ ਟੀਮ ਦੇਖਣ ਨੂੰ ਮਿਲੀ ਟੀਮ ਦੇ ਵਿੱਚ ਖਾਸੀਅਤ ਕੀ ਸੀਗੀ ਟੀਮ 'ਚ ਕੌਣ-ਕੌਣ ਸੀਗੇ ਅਲੀਟ ਬਾਲੀਵੁੱਡ ਐਂਟਰਟੇਨਮੈਂਟ ਦੀ ਪੂਰੀ ਟੀਮ ਕਮੈਂਡੇਬਲ ਜੌਬ ਸਪਾਂਸਰਸ ਜਿਹੜੇ ਨੇ ਇੱਕ ਛੋਟੀ ਜਿਹੀ ਕਲਿੱਪ ਦੇਖਨੇ ਆ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਲੈ ਕੇ ਚੱਲਣਾ ਸ਼ੋਅ ਹਮੇ ਇਸ ਪਰ ਇਹ ਲੋ ਸਾਹਿਬ ਪ੍ਰੋਮੋਸ਼ਨਸ ਇੱਕ ਵਾਰ ਜ਼ੋਰਦਾਰ ਤਾਲੀਆਂ Powered by Chicago Imports, co-presented by ZTV for latest updates in America and Canada. Follow their Facebook page at Z Americas. Co-sponsored by Sling, Pakistan channel partner ARY Digital. The man reloaded in this event has been conceptualized, managed and directed by Sohail Khan of Sohail Khan Entertainment. And Jodi Padilla and Adil Tekmadiya of JA Events. Ek baar taaliyan ke liye. Main stage pe bulana chahunga. Let's invite on stage international promoter. Babu Patel and Bhavesh Patel of Sahil Promotions. Thank you so much, Bhavesh. It's lovely to have you here. Powered by sponsor Ashok Punjabi of Chicago Imports. Can we have you on stage, sir? Also, can we have on stage local promoters Vijay Taneja and Mahima Taneja of Any Entertainment? Velocity Commercial Investments. Special thanks to Dinesh Patel and Rocky Patel. Special thanks to Ara, Rocky and Dinesh Patel, people in tech of Farhana, Harik, Chitramala, Nirima, Mehra. Can we also mention the people, Capital Post, Mansoor, Qureshi, MYTV, Moni and Kuldeep Gill, AEG, Team Asher, Gulab, Velocity Commercial Invest, Shivam Nayak, Subodos, Omkar Sharma, Sharma Law Group, Michelle David, Hotel Services Consultants and Brokerage Service. Ladies and gentlemen, ek bar zordaar taaliyan for this lovely people. Thank you all, and thank you all, and we will be back in just a few minutes. Welcome back guys, ਤੁਸੀਂ ਦੇਖ ਰਹੇ ਹੋ just chill with Mr and Mrs Gill. ਤੁਸੀਂ ਦੇਖ ਲਿਆ ਹੋਣਾ ਸਪਾਂਸਰ ਜਿਹੜੇ ਸਟੇਜ ਤੇ ਆਏ ਨੇ ਔਰ ਉਹਨਾਂ ਨੇ ਜਿਹੜੀ ਟੀਮ ਨੇ ਮਿਹਨਤ ਕੀਤੀ ਵਿਜੇ ਸਾਹਿਬ ਦੀ ਫੈਮਿਲੀ ਦੀ ਟੀਮ ਹੈ ਔਰ ਜਦੋਂ ਪਰਿਵਾਰ ਇੱਕ ਨਾਲ ਖੜਾ ਹੁੰਦਾ ਹੈ ਤੇ ਉਹ ਬਹੁਤ ਸਟਰੋਂਗ ਹੋ ਜਾਂਦਾ ਤੇ ਉਹਨਾਂ ਦੀ ਧੀਆਂ ਤੇ ਉਹਨਾਂ ਦੇ ਵਾਈਫ ਤੇ ਉਹ ਆਪ ਪੰਜ ਜਣੇ ਇੱਕ ਮੁੱਠੀ ਬਣ ਕੇ ਉਸ ਦਿਨ ਕੈਪੀਟਲ ਵਨ ਅਰੀਨਾ ਦੇ ਵਿੱਚ ਖੜੇ ਸੀ ਤੇ ਵਾਕਈ ਸਲਮਾਨ ਜਿਵੇਂ ਹੈ ਐਂਜੀ ਨਾਲ ਇੱਕ ਟੀਮ ਇਹ ਬਹੁਤ ਸਟਰੋਂਗਲੀ ਖੜੀ ਸੀ ਐਂਡ ਇਟ ਵਾਸ ਅ ਵੈਰੀ ਸਕਸੈਸਫੁਲ ਸ਼ੋਅ ਜੀ ਮੈਂ ਇੱਕ ਹੋਰ ਐਡੀਸ਼ਨ ਕਰਨਾ ਚਾਹਾਂਗੀ ਤੁਸੀਂ ਤੇ ਵਿਜੇ ਤਨੇਜਾ ਨੂੰ ਟਾਈਗਰ ਦਾ ਖਿਤਾਬ ਦੇ ਦਿੱਤਾ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਮੈਨ ਵਿਦ ਗੋਲਡ ਹਾਰਟ ਕਿ ਇੰਨਾ ਵੱਡਾ ਹਾਰਟ ਹੈਗਾ ਉਹਨਾਂ ਦਾ ਵਾਕਈ ਸੋਨੇ ਦਾ ਕਹਿ ਸਕਦੇ ਹਾਂ ਜਿਹਨੂੰ ਕਹਿੰਦਾ ਦਿਲ ਸੋਨੇ ਦਾ ਹੈਗਾ ਅਤੇ ਇਹਦਾ ਇਸ ਕਰਕੇ ਰੀਜ਼ਨ ਕਿ ਜਿੰਨੇ ਵੀ ਉਹਨਾਂ ਨੇ ਜਿਨ੍ਹਾਂ ਨੇ ਵੀ ਟੀਮ ਦੇ ਨਾਲ ਕੰਮ ਕੀਤਾ ਉਹਨਾਂ ਸਾਰਿਆਂ ਦਾ ਨਾਮ ਅਨਾਊਂਸ ਕੀਤਾ ਗਿਆ
ਔਰ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹਨਾਂ ਦਾ ਇੱਕ ਹਿੱਸਾ ਬਣ ਸਕੇ, ਮਾਈ ਟੀਵੀ ਕੁਲਦੀਪ ਐਂਡ ਮੋਨੀ ਗਿੱਲ ਉਹਨਾਂ ਦਾ ਇੱਕ ਹਿੱਸਾ ਬਣ ਸਕੇ. ਸੋ ਉਹ ਵੀ ਸਲਮਾਨ ਖਾਨ ਦੇ ਸ਼ੋਅ 'ਤੇ, ਵਟ ਅ ਡੈਡਲੀ ਕੰਬੀਨੇਸ਼ਨ, ਸਲਮਾਨ ਐਂਡ ਮੋਨੀ ਗਿੱਲ, ਰਾਈਟ? ਤੋ ਲਓ ਜੀ, ਹੁਣ ਅਸੀਂ ਗੱਲ ਕਰਾਂਗੇ ਗਾ ਕਿ ਵਨ ਆਫ ਦੀ ਬੈਸਟ ਸ਼ੋਅ, ਜਿੰਨੇ ਵੀ ਮੈਂ ਕਹਾਂਗੀ ਕਿ ਕੋਈ ਮੈਂ ਉੱਥੇ ਧੱਕਾਸ਼ਾਹੀ ਮੁੱਕਾ ਨਹੀਂ ਦੇਖਿਆ ਲੋਕਾਂ ਦੇ ਵਿੱਚ, ਪੁਸ਼ ਅਰਾਊਂਡ ਨਹੀਂ ਦੇਖਿਆ ਕਿ ਅਰੇ ਆਪ ਐਸਾ ਨਹੀਂ ਕਰੇਂਗੇ, ਆਪ ਐਸਾ ਨਹੀਂ ਕਰੇਂਗੇ, ਕੁਛ ਨਹੀਂ ਵੇਖਿਆ. ਬੜੇ ਕੋਪਰੇਟਿਵ ਤਰੀਕੇ ਨਾਲ ਲੋਕ ਆ ਰਹੇ ਸੀਗੇ. ਅਫਕੋਰਸ ਕਾਲੇ ਤਾਂ ਆ ਰਹੇ ਸੀ ਕਿਉਂਕਿ ਅਸੀਂ ਡਾਂਸ ਕਰ ਰਹੇ ਸੀ, ਤਾਂ ਮੈਨੂੰ ਵੀ ਇੱਕ ਦੋ ਵਾਰੀ ਉਹਨਾਂ ਨੇ ਕਿਹਾ ਕਿ ਮੈਮ ਸਿਟ ਡਾਊਨ, ਕਿਉਂਕਿ ਪਿਛਲਿਆਂ ਨੂੰ ਨਹੀਂ ਦਿਖਦਾ, ਵਿਚ ਇਜ਼ ਨੋਰਮਲ, ਵਿਚ ਇਜ਼ ਸਾਨੂੰ ਪਤਾ ਹੈ. ਸਿਕਿਉਰਿਟੀ ਵਾਲੇ ਪੀਪਲ, ਸਿਕਿਉਰਿਟੀ ਗਾਇਸ ਵਰ ਦੇਅਰ, ਕਿਉਂਕਿ ਅਸੀਂ ਸਾਰੇ ਫਰੰਟ ਤੇ ਸੀਗੇ ਜੀ. ਮਤਲਬ ਜਿਹੜੇ ਜ਼ਮੀਨ ਤੇ ਕਹਿ ਸਕਦੇ ਹੋ, ਸਲਮਾਨ ਖਾਨ ਨੂੰ ਦੇਖਣ ਲਈ ਅਸੀਂ ਸਾਰੇ ਜ਼ਮੀਨ ਤੇ ਬੈਠੇ ਹੋਏ ਸੀ. ਤਾਰੇ ਜ਼ਮੀਨ ਪਰ, ਵਾਕਈ ਵਾਕਈ ਤਾਰੇ ਜ਼ਮੀਨ ਪਰ ਆਏ ਹੋਏ ਸੀ. ਸਾਰੇ ਉਸ ਦਿਨ ਤਾਰੇ ਜ਼ਮੀਨ ਪਰ ਆਏ ਸੀ, ਵਾਸ਼ਿੰਗਟਨ ਡੀਸੀ 'ਚ ਆਏ ਸੀਗੇ. ਔਰ ਜਿੰਨੇ ਪਟਾਕੇ ਫੁੱਲਜੜੀਆਂ ਕਤਰੀਨਾ ਦੇਖੇ, ਠੁਮਕੇ ਦੇ ਜਿਹੜਾ ਸੀਟੀਆਂ ਵੱਜੀਆਂ. ਐਕਚੁਅਲੀ ਵਾਟ ਆ ਐਂਟਰੈਂਸ ਕਤਰੀਨਾ, ਉਹਦੇ ਤੇ ਜਦੋਂ ਆਈ ਹੈ, ਉਹਦੇ ਤੇ ਮੇਰਾ ਨਾਮ ਵੀ ਭੁੱਲ ਜਾਂਦੀ ਹੈ, ਏਰੀਅਲ ਤੇ, ਤੇ ਬਹੁਤ ਹੀ ਡੇਂਜਰਸ ਲੱਗ ਰਿਹਾ ਸੀ. ਮੇਰੇ ਕੋਲ ਬਹੁਤ ਸਿਰ ਦੇ ਉੱਤੋਂ ਨਿਕਲੀ ਸਾਡੇ ਤਾਂ ਜ਼ਰਰ ਕਰਕੇ, ਉਹ ਸੀਗਾ ਜਿੱਥੇ ਪੈਰ ਰੱਖੇ ਸੀ, ਲਿਟਰਲੀ ਸਾਡੇ ਉੱਪਰੋਂ ਨਿਕਲੀ. ਤੇ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ, ਮੈਂ ਸੁਣਿਆ ਸੀ ਕਿ ਉਹ ਪਰੀ ਹੈ, ਲੇਕਿਨ ਪਹਿਲੀ ਵਾਰੀ ਉੜਦੀ ਪਰੀ ਦੇਖੀ ਮੈਂ. ਸੱਚੀ ਗੱਲ, ਐਕਚੁਅਲੀ ਪਰੀ ਵਾਂਗੂ ਲੱਗੀ ਕਿ ਵਾਕਈ ਜਿਵੇਂ ਕੋਈ ਫੇਰੀ ਹੁੰਦੀ ਹੈ. ਔਰ ਦੂਸਰਾ, ਜੈਕਲਿਨ ਫਰਨੈਂਡਸ ਦੀ ਵੀ ਕਮੈਂਡੇਬਲ ਜੌਬ, ਕਿਉਂਕਿ ਪਬਲਿਕ ਦੇ ਵਿੱਚੋਂ ਜਾਣਾ ਇਟਸ ਸੱਚ ਅ ਡਿਫਿਕਲਟ, ਕਹਿਣਾ ਚਾਹੀਦਾ ਬੜੀ ਕਿ ਹੱਥ ਬਣਾ ਬਣਾ ਕੇ ਜਾ ਰਹੀ ਸੀ ਉਹ ਜੀ. ਅਫਕੋਰਸ ਮਨੀਸ਼ ਪੌਲ ਤੇ ਹੈ ਹੀ ਕਮਾਲ, ਕਿਉਂਕਿ ਮਨੀਸ਼ ਪੌਲ ਨੇ ਪੂਰਾ ਸ਼ੋਅ ਇੱਦਾਂ ਬੰਨ ਕੇ ਰੱਖਿਆ ਹੋਇਆ ਸੀ, ਅਤੇ ਹਿਜ਼ ਕਮੈਂਡੇਬਲ, ਹੀ ਡਿਡ ਅ ਕਮੈਂਡੇਬਲ ਜੌਬ. ਕਹਿੰਦੇ ਆਈਸਿੰਗ ਔਨ ਦ, ਕਹਿੰਦੇ ਆਈਸਿੰਗ ਚੈਰੀ ਔਨ ਟਾਪ ਔਨ ਕੇਕ ਦੇ ਉੱਤੇ, ਮਤਲਬ ਉਹ ਸੀਗਾ ਗੁਰੂ ਰੰਧਾਵਾ. ਗੁਰੂ ਰੰਧਾਵਾ ਨੇ ਸਾਰਿਆਂ ਨੂੰ ਨਚਾ ਛੱਡਿਆ. ਔਰ ਬੜਾ ਹੀ, ਮੈਂ ਤਾਂ ਕਹਾਂਗੀ ਈਚ ਐਂਡ ਐਵਰੀ, ਕੁਛ ਕਿਹੜੇ ਆਰਟਿਸਟ ਦੀ ਗੱਲ ਕਰੀਏ, ਸੋਨਾਕਸ਼ੀ ਦੀ ਗੱਲ ਕਰੀਏ, ਕਿਆ ਬਾਤ, ਕਿਆ ਮਜ਼ੇਦਾਰ ਦੀ ਗੱਲ ਕਰੀਏ, ਡੇਜ਼ੀ ਦੀ ਗੱਲ ਕਰੀਏ, ਅਮੇਜ਼ਿੰਗ. ਸੋ ਅਗਰ ਵੈਨਕੂਵਰ 'ਚ ਉਹਨਾਂ ਦਾ ਸ਼ੋਅ ਹੈਗਾ, ਕਿੱਥੇ ਹੈਗਾ? ਟੋਰਾਂਟੋ ਲਾਸਟ ਸ਼ੋਅ, ਟੋਰਾਂਟੋ ਦੇ ਜਿਹੜੇ, ਮੈਂ ਤਾਂ ਕਹਾਂਗੀ ਹਾਈਲੀ ਰੈਕਮੈਂਡਡ ਹੈਗਾ, ਪਲੀਜ਼ ਗੋ ਹੈਡ ਐਂਡ ਵਾਚ ਦੀ ਸ਼ੋਅ, ਭਾਵਾਂ ਜਿੰਨੇ ਦੀ ਵੀ ਟਿਕਟ ਮਿਲਦੀ ਹੈ, ਬਲੈਕ 'ਚ ਵੀ ਮਿਲਦੀ ਹੈ, ਹਾਈਲੀ ਰੈਕਮੈਂਡਡ, ਮਸਟ ਵਾਚ ਸ਼ੋਅ. ਆਪਾਂ ਗੱਲ ਕਰਨੇ ਹੈਗਾ ਵਾਸ਼ਿੰਗਟਨ ਡੀਸੀ, ਕਿਉਂ ਨਹੀਂ ਸ਼ੋਅ ਦੀ, ਨਹੀਂ ਇੰਨੀ ਬ੍ਰੈਕ ਕਰ ਰਹੇ ਹਾਂ, ਅਤੇ ਕਿਉਂ ਨਹੀਂ ਇੱਕ ਛੋਟੀ ਜਿਹੀ ਝਲਕ ਦਿਖਾਉਂਦੇ ਹਾਂ ਸਲਮਾਨ ਖਾਨ ਦੀ ਔਰ ਸੋਨਾਕਸ਼ੀ ਸਿਨਹਾ ਦੀ. ਪਲੀਜ਼ ਇੱਕ ਛੋਟੀ ਜਿਹੀ ਝਲਕ ਦੇਖੋ, ਔਰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ. Welcome back to Just Chill with Mr. and Mrs. Gill. Show hi Salman Khan da, sanu aap nu hosh nahi sigi. Assi aap program dekh ke aaye si, lekin fir jadon TV te dekhya, fir sanu hosh nahi rahi ke assi ki dekh rahe hage. Kyunki hale bahut sari, main ta kahangi ki mere kole mera phone hi dead ho gaya almost. I took so many pictures, so many videos. Gala baitha hoya chikka maar maar ke Salman ya jehde ve actor nang rahe si unhanu shooting kar kar ke gala baitha hoya. Mainu lagda hai ਦੁਨੀਆਂ ਦੇ ਹਸਬੈਂਡਸ ਨੂੰ ਉਸ ਦਿਨ ਚੈਨ ਆਏਗਾ ਜਿਸ ਦਿਨ ਸਲਮਾਨ ਖਾਨ ਵਿਆਹ ਕਰੇਗਾ. ਨਹੀਂ ਆਏਗਾ, ਕਿਉਂਕਿ ਉੱਥੇ ਬਾਹਰ ਬੰਦੇ ਬਸ ਪੀ ਪੀ ਕੇ ਹੌਸਲਾ ਹੀ ਦੇ ਰਹੇ ਸੀ ਆਪਣੇ ਆਪ ਨੂੰ ਕਿ ਹਰ ਜਨਾਨੀ ਆਈ ਲਵ ਯੂ ਸਲਮਾਨ ਤੋਂ ਸ਼ੁਰੂ ਹੋਈ ਸੀ. ਆਈ ਲਵ ਯੂ ਸਲਮਾਨ, ਵਾਂਸ ਅਗੇਨ ਆਈ ਕੈਨ ਸੇ ਦੈਟ. ਮੇਰੀ ਤਾਂ ਕਹਿ ਹੀ ਰਹੀ ਸੀ, ਮੇਰੇ ਅੱਗੇ ਜਿਹੜੀ ਖੜੀਆਂ ਸੀ ਉਹ ਵੀ ਕਹਿ ਰਹੀਆਂ ਸੀ, ਪਿਛਲੀਆਂ ਵੀ ਕਹਿ ਰਹੀਆਂ ਸੀ, ਮਤਲਬ ਕਿਹੜੇ ਪਾਸੇ ਉਸ ਸਲਮਾਨ, ਮਤਲਬ ਕਿ ਰੈਡੀ ਟੂ, ਮੈਂ ਕਹਿੰਦਾ ਭੱਜਣ ਨੂੰ ਤਿਆਰ ਸੀ ਪੂਰੀ ਵਾਸ਼ਿੰਗਟਨ ਦੀ ਔਰਤਾਂ ਜੀ. ਬਸ ਉਹ ਭੱਜਣ ਨਾਲ, ਉਹ ਭੱਜਣ ਨੂੰ ਤਿਆਰ ਨਹੀਂ, ਅਸੀਂ ਤਾਂ ਰੈਡੀ ਹਾਂ. ਅਸਲ 'ਚ ਉਹਨੇ ਮਿਲਖਾ ਸਿੰਘ 'ਚ ਕੰਮ ਨਹੀਂ ਕੀਤਾ, ਜੇ ਮਿਲਖਾ ਸਿੰਘ ਮੂਵੀ 'ਚ ਕੰਮ ਕੀਤਾ ਹੁੰਦਾ ਤਾਂ ਫਿਰ ਦੌੜ ਪੈਣਾ ਸੀ. ਸੋ ਲਓ ਜੀ, ਅਸੀਂ ਜਸਟ ਫੈਨ ਹਾਂ. ਫੈਨ ਨੂੰ ਤੁਸੀਂ ਮੈਜਰ ਨਹੀਂ ਕਰ ਸਕਦੇ, ਉਹਦਾ ਲਵ, ਉਹਦਾ ਬਿਯੋਂਡ ਸੈਕਸ ਔਰ ਬਿਯੋਂਡ ਕਿਸੇ ਰਿਲੇਸ਼ਨ ਦੀ ਉਹਨੂੰ ਲੋੜ ਨਹੀਂ.
ਕਿਸੇ ਰਿਸ਼ਤੇ 'ਚ ਬੰਨਣ ਦੀ ਉਹਦੀ ਲੋੜ ਨਹੀਂ ਕਿਉਂਕਿ ਉਹ ਇੱਕ ਪਿਓਰ ਲਵ ਹੈ। ਸੋ ਜੀ ਫੈਨ ਹੈਗੇ ਅਸੀਂ ਉਹਦੇ ਫੋਰਐਵਰ ਵਾਸਤੇ। ਉਹਦੀ ਮੈਂ ਕਹਾਂਗੀ ਕਿ ਅਸੀਂ ਪ੍ਰੈਸ ਕਾਨਫਰੰਸ ਦੀ ਗੱਲ ਕਰਾਂਗੇ ਉਸ ਬੰਦੇ ਨਾਲ ਜਿੰਨੀ ਵੀ ਸਾਡੀ ਪ੍ਰੈਸ ਸੀਗੀ ਲੋਕਲ ਇੱਥੇ ਦੀ, ਜਿੰਨੇ ਲੋਕਲ ਟੀਵੀ ਸੀਗੇ ਸਾਰਿਆਂ ਨੇ ਗੱਲ ਕੀਤੀ, ਦੋ ਦੋ ਸਵਾਲ ਪੁੱਛੇ ਗਏ। ਔਰ ਦੇਖੋ ਵੀਡੀਓ ਜ਼ਰੂਰ ਦੇਖਣਾ ਪ੍ਰੈਸ ਕਾਨਫਰੰਸ ਦੀ, ਈਵਨ ਕਿ ਅਸੀਂ ਅਪਲੋਡ ਕਰਾਂਗੇ ਜਿਹੜੀ, ਕਿਉਂਕਿ ਮੈਂ ਰਹਿ ਨਹੀਂ ਸਕਦੀ ਲਾਈਵ, ਮੈਂ ਸ਼ੇਅਰ ਕਰਨਾ ਹੀ ਕਰਨਾ ਸੀਗਾ। ਸੋ ਲਾਈਵ ਵੀ ਕੀਤੀ ਹੈ ਸ਼ੇਅਰ, ਔਰ ਫਿਰ ਉਸ ਤੋਂ ਬਾਅਦ ਹੁਣ ਜਿਹੜੀ ਵੀ ਬਹੁਤ ਜਲਦ ਅਸੀਂ ਅਪਲੋਡ ਕਰ ਰਹੇ ਹੈਗੇ ਹਾਂ ਵਿਦ ਲਾਊਡ ਆਵਾਜ਼ ਦੇ ਨਾਲ ਉਹਨੂੰ ਸ਼ੇਅਰ ਕਰਦੇ ਪਏ ਹੈਗੇ ਹਾਂ। ਬਹੁਤ ਜਲਦ ਤੁਸੀਂ ਉਹ ਵੀ ਦੇਖੋਗੇ। ਉਹੀ ਮੈਂ ਕਹਿੰਦਾ ਕਿ ਮੇਰਾ ਫੋਨ ਤਾਂ ਡੈਡ ਹੈ ਭਾਈ, ਉਹਦੇ 'ਚ ਮੇਰੇ ਖਿਆਲ ਨਾਲ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਪਿਕਚਰਸ ਨੇ ਸਲਮਾਨ ਖਾਨ ਦੀਆਂ, ਔਰ ਸਮਝ ਨਹੀਂ ਆ ਰਹੀ ਹੈ ਕਿਹੜੀਆਂ ਪਾਈਏ ਕਿਹੜੀਆਂ ਛੱਡੀਏ, ਕਿਉਂਕਿ ਇੰਨੀਆਂ ਸਾਰੀ ਫੋਟੋਜ਼ ਨੇ। ਮੈਂ ਫਿਰ ਵੀ ਸ਼ੇਅਰ ਕਰ ਰਹੀ ਹਾਂ ਰੋਜ਼, 3 ਦਿਨ ਹੋ ਗਏ ਆਪਾਂ ਸੁੱਤੇ ਨਹੀਂ ਹੈਗੇ, ਪ੍ਰੈਸ ਕਾਨਫਰੰਸ ਵਾਲੇ ਦਿਨ ਨਹੀਂ ਸੁੱਤੇ, ਜਿਸ ਦਿਨ ਸ਼ੋਅ ਸੀ ਉਸ ਦਿਨ ਨਹੀਂ ਸੁੱਤੇ, ਅੱਜ ਨਹੀਂ ਸੁੱਤੇ ਕਿਉਂਕਿ ਫੋਟੋਜ਼ ਦੇਖ ਰਹੇ ਸੀ। ਮੈਨੂੰ ਇੰਝ ਲੱਗਿਆ ਕਿ ਜਿਵੇਂ ਘਰ 'ਚ ਵਿਆਹ ਨਹੀਂ ਹੁੰਦਾ ਐਕਚੁਅਲੀ, ਕਿਉਂਕਿ ਆਪਾਂ ਗੱਲ ਸ਼ੁਰੂ ਕਰਾਂਗੇ ਪ੍ਰੈਸ ਕਾਨਫਰੰਸ 'ਤੇ, ਲੇਕਿਨ ਉਸ ਤੋਂ ਕੀ ਹੋਇਆ ਉਸ ਇੱਕ ਰਾਤ ਪਹਿਲਾਂ ਸਾਡੇ ਘਰੇ ਕੀ ਮਾਹੌਲ ਸੀਗਾ ਸਭ ਕੁਝ ਤੁਹਾਨੂੰ ਦੱਸਾਂਗੇ। ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨਾ। After 2 decades of successful live Bollywood shows, Vijay Taneja of Elite Bollywood Entertainment presents to you the biggest Bollywood show of 2018. Tonight, The Bang, the tour reloaded. The Bang team is here tonight in Washington, D.C. I, Vijay Taneja, would like to say a special thanks to all of you for attending this concert and making this evening even more beautiful. God, you, the lovely audience, my family, which has always been on my side, Vaipalka, Dr. Neha, Reema Mahima, Dinesh Patel, Rocky Patel, Capital Post team, GTV Neelima Mehra, Moni Gill and Kuldeep Gill, and entire media who helped in getting the message out. AG team, Ashit Gulab, team of Velocity Commercial Investments, Shubham Nayak. Supporters, Mr. Omkar Sharma, Sharma Law Group, Chartered, 301-593-1983. Hotel Services Consultants LLC and Brokerage Services Michelle David, 240-393-5135. And many, many more people to thank. This successful show belongs to all of us. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. ਸਾਡੀ ਜਰਨੀ ਉਸੇ ਦਿਨ ਸ਼ੁਰੂ ਹੋ ਗਈ ਸੀ ਜਿਸ ਦਿਨ ਅਸੀਂ ਹੈਪੀ ਆਵਰ ਕੀਤਾ। ਐਕਚੁਅਲੀ ਉਸ ਤੋਂ ਇੱਕ ਦਿਨ ਪਹਿਲਾਂ ਵੀ ਆਪਾਂ ਅਨਾਉਂਸਮੈਂਟ ਕੀਤੀ ਸੀ। ਹੈਪੀ ਆਵਰ 'ਚ ਬਹੁਤ ਲੋਕਾਂ ਨੂੰ ਮਿਲੇ ਜਿਹੜੇ ਵਿਜੇ ਸਾਹਿਬ ਦੇ ਆਫਿਸ 'ਚ ਆਏ, ਔਰ ਜਿਵੇਂ ਰੈਂਡਮਲੀ ਟਿਕਟਾਂ ਗਈਆਂ, ਆਈ ਮੀਨ ਰਾਤੀ 3 ਵਜੇ ਮੈਂ ਕਿਹਾ ਲਾਈਟਾਂ ਨੀ ਬੰਦ ਹੋ ਰਹੀਆਂ, 4 ਵਜ ਗਏ, 4-4, 5-5 ਡਰੈਸਾਂ ਮੇਰੀ ਬੀਵੀ ਨੇ ਤਾਂ ਰਾਤੀ ਟਰਾਈ ਕੀਤੀਆਂ ਨੇ ਕਿ ਇਹਨੇ ਸਵੇਰੇ ਪ੍ਰੈਸ ਕਾਨਫਰੰਸ 'ਚ ਕੀ ਪਾਉਣਾ, ਹਲੇ ਸ਼ੋਅ ਤੇ ਨਹੀਂ ਪਹੁੰਚੇ ਅਸੀਂ, ਹਲੇ ਸਲਮਾਨ ਨੂੰ ਦੇਖਿਆ ਵੀ ਨਹੀਂ ਹੈਗਾ, ਬਸ ਇੱਕ
ਅਹਿਸਾਸ ਕਿ ਕੱਲ ਸਲਮਾਨ ਪਹਿਲੀ ਵਾਰੀ ਨਜ਼ਰ ਆਣਾ ਹੈ। I know, right? ਕਿਉਂਕਿ ਉਹ ਬਈ ਡ੍ਰੀਮ ਬੋਏ ਰਿਹਾ ਸਲਮਾਨ। ਦੇਖੋ ਕੈਸਾ ਰੱਬ ਨੇ ਉਹਦਾ ਨਾਮ ਦਿੱਤਾ, ਮੈਨ ਨਾਮ ਲਗਾਇਆ। ਲੋਕੀ ਸੁਪਰਮੈਨ, ਕਿਹੜਾ ਇੱਕ ਹੋਰ ਬੈਟਮੈਨ, ਉਹ ਸਪਾਈਡਰਮੈਨ, ਉਹ ਨਕਲੀ ਮੈਨ ਬਣੀ ਜਾਂਦੇ ਨੇ ਆਪਣੇ ਆਪ। ਇਹ ਵਾਹਿਗੁਰੂ ਨੇ, ਰੱਬ ਨੇ ਇਹਨੂੰ ਸੱਚੀ ਸੈਲ ਮੈਨ ਬਣਾ ਕੇ ਭੇਜਿਆ ਕਿ ਤੂੰ ਤਾਂ ਮੈਨ ਹੈਗਾ ਹੀ ਹੈ। ਤੇ ਉਹ ਸੋਲ ਮੈਨ, ਇਹਨੂੰ ਸੇਲ ਮੈਨ ਵੀ ਕਹਿ ਸਕਦੇ ਹੋ, ਕਿਉਂਕਿ ਮੂਵੀਆਂ ਵੀ ਸੋਲਡ ਆਊਟ ਹੋ ਜਾਂਦੀਆਂ ਨੇ, ਸ਼ੋਜ਼ ਵੀ ਸੋਲਡ ਆਊਟ ਹੋ ਜਾਂਦੇ, ਤੇ ਪ੍ਰਮੋਟਰ ਵੀ ਖੁਸ਼ ਰਹਿੰਦੇ ਨੇ। ਤੇ ਉਸ ਦਿਨ ਮੈਂ ਵਾਕਈ ਪ੍ਰਮੋਟਰਸ ਦੇ ਚਿਹਰੇ ਤੇ ਖੁਸ਼ੀ ਦੇਖ ਰਿਹਾ ਸੀਗਾ ਪ੍ਰੈਸ ਕਾਨਫਰੰਸ ਵਾਲੇ ਟਾਈਮ ਹੀ। ਔਰ ਪ੍ਰੈਸ ਕਾਨਫਰੰਸ ਚ ਸ਼ੈਰਟਨ ਚ ਕੀਤਾ ਗਿਆ ਸੀਗਾ। ਸਾਡੇ ਫਰੈਂਡਸ ਨੇ ਲਿਖ ਕੇ ਪਾਇਆ ਹੈਗਾ, ਵਸੀਮ ਖਾਨ ਨੇ, ਪੂਰੀ ਟੀਮ ਨੇ ਬਹੁਤ ਉਨ ਲੋਕੋ ਕਾ ਸਾਥ ਦਿਆ। ਹਿੰਦੀ ਮੈਂ ਬੋਲ ਰਹੀ ਹੂੰ, ਪਤਾ ਨਹੀਂ ਕਿਉਂ ਬੋਲ ਰਹੀ ਹੂੰ, ਕਿਉਂਕਿ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਹੈ ਉਹਦਾ ਬੜਾ ਹੱਥ ਹੁੰਦਾ ਆਰਟਿਸਟਾਂ ਨੂੰ ਰਾਈਟ ਟਾਈਮ ਤੇ ਪਹੁੰਚਾਉਣ ਦਾ। ਸੋ ਥੈਂਕ ਯੂ ਗਾਇਸ। ਚਲੋ ਜੀ, ਇਹ ਕਾਲ ਆ ਰਹੀ ਹੈ ਤੇ ਲੇਕਿਨ ਮੈਂ ਕਿਉਂਕਿ ਸਲਮਾਨ ਦੇ ਨਾਲ ਹਲੇ ਥੋੜਾ ਜਿਹਾ ਬਿਜ਼ੀ ਹਾਂ ਤੇ ਮੈਂ ਹਲੇ ਫੋਨ ਨਹੀਂ ਲਵਾਂਗੀ। ਜੀ ਹਾਂ, ਤੁਸੀਂ ਕਾਲ ਕਰਕੇ ਸਾਨੂੰ ਲੈ ਸਕਦੇ, ਦੁਬਾਰਾ ਕਾਲ ਕਰਕੇ। ਵਸੀਮ ਖਾਨ ਸਾਹਿਬ ਬਹੁਤ ਬਹੁਤ ਥੈਂਕ ਯੂ, ਤੁਸੀਂ ਨਾ ਆਉਂਦੇ ਤੇ ਆਰਟਿਸਟ ਹੋਟਲ ਤੋਂ ਸ਼ੋਅ ਤੇ ਨਹੀਂ ਪਹੁੰਚ ਰਹੇ ਸੀ। ਐਕਚੁਅਲੀ ਇੱਕ ਹੋਰ ਗੱਲ ਦੱਸਣਾ ਸੀ, ਲੋਕਾਂ ਨੇ ਤੇ ਸਲਮਾਨ ਖਾਨ ਨਾਲ ਫੋਟੋ ਖਿਚਾਈ, ਰਾਈਟ? ਮੈਂ ਤੇ ਲੱਕੀ ਰਹੀ ਤੇ ਮੈਂ ਤੇ ਉਹਦੇ ਬ੍ਰਦਰ ਨਾਲ ਵੀ ਫੋਟੋ ਖਿਚਾ ਲਈ ਤੀ, ਸੁਹੇਲ ਖਾਨ ਨਾਲ, ਰਾਈਟ? ਐਂਡ ਐਕਚੁਅਲੀ ਦੇ ਆਰ ਵੈਰੀ ਫਿਟ। ਸਲਮਾਨ ਖਾਨ ਦੀ ਗੱਲ ਕਰਾਂਗੀ, ਮੈਂ ਸਲਮਾਨ ਖਾਨ ਨੂੰ ਜਦੋਂ ਫਿਲਮਾਂ 'ਚ ਦੇਖਦੀ ਹਾਂ ਤਾਂ ਹੀ ਲੁਕਸ ਰੀਅਲੀ ਬੀਫੀ ਐਂਡ ਬਿਗ, ਲੇਕਿਨ ਮੈਂ ਤੇ ਫਿਰ ਐਲੀਫੈਂਟੋ ਹੀ ਹੋਇਆ ਨਾ। ਸੋ ਸਾਨੂੰ ਤੇ ਸਲਮੇਨੀਆ ਹੋਇਆ ਜੀ, ਸਲਮੇਨੀਆ। ਲੋਕਾਂ ਨੂੰ ਇਨਸੋਮਨੀਆ ਹੁੰਦਾ ਹੈ, ਮੋਨੀ ਨੂੰ ਸਲਮੇਨੀਆ ਹੋਇਆ। ਮੋਨੀ ਨੇ ਨਾ ਬੜੀ ਔਰਤਾਂ ਨੂੰ ਹੋਇਆ, ਮੈਂ ਪ੍ਰੈਸ ਕਾਨਫਰੰਸ ਦੇ ਬਾਹਰ ਦੁਨੀਆ ਇਕੱਠੀ ਹੋਈ ਸੀ ਕੋਈ ਮੇਲ ਔਰ ਫੀਮੇਲ, ਔਰ ਆਈ ਵਾਸ ਵੈਰੀ ਸਰਪ੍ਰਾਈਜ਼ ਕਿ ਉਹ ਕਹਿ ਰਹੇ ਜੀ ਹੁਣ ਆਰਟਿਸਟ ਆ ਰਹੇ ਨੇ, ਸਭ ਤੋਂ ਪਹਿਲਾਂ ਸਲਮਾਨ ਖਾਨ ਹੀ ਚੱਲਿਆ ਆ ਰਿਹਾ ਸੀ। ਕੈਸੀ ਗੱਲ, ਔਰ ਕਹਿ ਰਿਹਾ ਕਿ ਮੈਂ ਲੇਟ ਨਹੀਂ, ਇਹਨਾਂ ਨੇ ਮੈਨੂੰ ਲੇਟ ਕਰਾਇਆ। ਲੇਕਿਨ ਮੈਂ ਉਹ ਦੱਸਣਾ ਚਾਹ ਰਹੀ ਹਾਂ ਕਿ ਬੀਫੀ ਤੋਂ ਗੱਲ ਆਈ ਸੀ ਕਿ ਮੈਨੂੰ ਲੱਗਿਆ ਕਿ ਬੜਾ ਬੀਫੀ ਔਰ ਥੋੜ੍ਹਾ ਜਿਹਾ ਹੈਵੀ ਹੈ, ਲੇਕਿਨ ਡੈਮ ਫੈਟ, ਓ ਮਾਈ ਗਾਡ, ਹੀ ਇਜ਼ ਸੋ ਹੌਟ। ਬਸ ਬਸ, ਇਹਨਾ ਹੌਟ ਕਿ ਇਹ ਚਾਹ ਜਿਹੜੀ ਸਾਡੇ ਅੱਗੇ ਰੱਖੀ ਹੋਈ ਹੈ ਨਾ, ਉਸ ਤੋਂ ਵੀ ਜ਼ਿਆਦਾ ਹੌਟ ਹੋਏਗਾ। ਅਤੇ ਬਹੁਤ ਫਿੱਟ ਹੈ ਜੀ, ਹੀ ਇਜ਼ ਰੀਅਲੀ ਫਿੱਟ। ਮੈਨੂੰ ਪਤਾ ਨਹੀਂ ਕਿ ਕੈਮਰਾ ਕਿੰਨਾ ਕੁ ਮੋਟਾ ਦਿਖਾਉਂਦਾ, ਅਸੀਂ ਵੀ ਬੜੇ ਮੋਟੇ ਲੱਗਦੇ ਹੋਵਾਂਗੇ, ਯੂ ਨੋ, ਪਰ ਆਪਾਂ ਅਸੀਂ ਦੇਖ ਦੇਖ ਕੇ ਆਪਣੇ ਆਪ ਨੂੰ ਯੂਜ਼ ਟੂ ਹੋਏ ਹਾਂ। ਲੇਕਿਨ ਕਹਿਣਾ ਚਾਹੀਦਾ ਵੈਰੀ ਹੈਂਡਸਮ, ਵੈਰੀ ਹੈਂਡਸਮ, ਵੈਰੀ ਹੈਂਡਸਮ। ਆਈ ਮੀਨ ਇੱਕ ਬੰਦਾ ਜਦੋਂ ਬੰਦੇ ਦੀ ਤਾਰੀਫ ਕਰ ਰਿਹਾ ਕਿ ਹੀ ਇਜ਼ ਵੈਰੀ ਹੈਂਡਸਮ, ਤੇ ਵਾਕਈ ਵੈਰੀ ਹੈਂਡਸਮ, ਬਹੁਤ ਹੈਂਡਸਮ ਜੀ। ਔਰ ਬੜੀ ਅੱਛੀ ਗੱਲ ਹੈ ਕਿ ਉੱਥੇ ਸਨਮਾਨਿਤ ਵੀ ਕੀਤਾ ਗਿਆ, ਇਹ ਤੇ ਉਹਦੀ ਬਾਹ ਹੀ ਨਹੀਂ ਛੱਡ ਰਹੀ ਸੀ ਫੋਟੋ ਖਿੱਚਣ ਦੀ। ਮੈਂ ਕਿਹਾ ਮੈਂ ਤੇ ਇਹਦੇ ਨਾਲ ਹੀ ਖਿਚਾਣੀ ਹੈ, ਕਹਿੰਦੇ ਜੀ ਨਹੀਂ, ਇਹਨਾਂ ਦਾ ਗਰੁੱਪ ਨਹੀਂ ਤੋੜ ਸਕਦੇ, ਸਾਰੇ ਆਰਟਿਸਟ ਇਕੱਠੇ ਖੜੇ ਹੋਣਗੇ ਤੇ ਜਿਹੜੀ ਜਿਹੜੇ ਗੈਸਟ ਨੇ ਉਹ ਸਾਈਡਾਂ 'ਤੇ ਜਾਣਗੇ। ਅਤੇ ਮੈਨੂੰ ਬੜਾ ਤਕਲੀਫ ਜ਼ਰੂਰ ਹੋਈ, ਪਰ ਗੁਰੂ ਰੰਧਾਵਾ ਦੇ ਨਾਲ ਆਉਣਾ ਪਿਆ। ਲਓ ਜੀ, ਮੈਂ ਕਾਲ ਲੈ ਹੀ ਲੈਂਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੈਗੇ ਹੋ, ਕੌਣ ਬੋਲ ਰਿਹਾ? ਥੈਂਕ ਯੂ ਬੇਟਾ। ਤੇ ਦੱਸੋ ਸਭ ਤੋਂ ਬੈਸਟ ਕੀ ਲੱਗਿਆ? ਸਲਮਾਨ ਖਾਨ ਦੀ ਗ੍ਰੇਟ। ਯੈਸ, ਹਾਂ, ਵਾਕਈ ਸਲਮਾਨ ਖਾਨ ਦੀ ਗ੍ਰੇਟ। ਤੇ ਤੇਰਾ ਵੈਸੇ ਫੇਵਰੇਟ ਐਕਟਰ ਹੈ ਕੌਣ? ਇਹ ਭੂਆ ਨੂੰ ਮਸਕੇ ਨਾ ਲਾ, ਵੈਸੇ ਫੇਵਰੇਟ ਐਕਟਰ ਹੈ ਕੌਣ? ਵੈਸੇ ਤੇ ਗੋਵਿੰਦਾ ਸਰ। ਓ, ਮੈਂ ਉਹਨਾਂ ਦੇ ਬੜਾ ਅੱਛਾ ਲੱਗਦਾ ਹੈ। ਉਹਨਾਂ ਦਾ ਡਾਂਸ ਪਸੰਦ ਹੈ? ਨਹੀਂ, ਕਮੇਡੀ। ਕਮੇਡੀ ਪਸੰਦ ਹੈ? ਵਾਹ ਜੀ ਵਾਹ, ਚਲੋ ਅੱਛੀ ਗੱਲ ਹੈ। ਤਾਂ ਸਾਨੂੰ ਤੇ ਪਤਾ ਜ਼ਰੂਰ ਇੱਥੇ ਨੇ, ਮੰਗਾ ਭਾਜੀ ਵੀ ਇੱਥੇ ਨੇ, ਗੱਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੋਬਨ। That's great ki tu thank you thank you ਨਹੀਂ, ਮੇਰਾ ਸ਼ੋਅ ਨਹੀਂ ਸੀ ਸਰ, ਉਹ ਸਲਮਾਨ ਖਾਨ ਦਾ ਸ਼ੋਅ ਸੀਗਾ, ਜਾਂ ਵਿਜੇ ਤਨੇਜਾ ਦਾ ਸ਼ੋਅ ਸੀਗਾ। ਅਸੀਂ ਤੇ ਨਾਲ ਲੋਜੀ ਸਪੋਰਟ ਲਈ ਖੜੇ ਸੀਗੇ, ਅਸੀਂ ਪ੍ਰਮੋਟ ਕਰ ਰਹੇ ਸੀ ਉਹਨੂੰ ਸ਼ੋਅ ਨੂੰ। ਲੇਕਿਨ ਥੈਂਕ ਯੂ ਬੇਟਾ, ਤੁਸੀਂ ਇੱਦਾਂ ਕਹਿ ਰਹੇ ਹੋ ਤੇ ਬੜੀ ਵੱਡੀ ਗੱਲ ਹੈ ਸਾਡੇ ਵਾਸਤੇ। ਤੁਹਾਨੂੰ ਪਸੰਦ ਆਉਣਾ ਚਾਹੀਦਾ, ਜਿਹਦਾ ਮਰਜ਼ੀ ਸ਼ੋਅ ਹੋਵੇ ਲੇਕਿਨ ਉਹ ਪਸੰਦ ਆਉਣਾ ਚਾਹੀਦਾ, ਆਡੀਅੰਸ ਨੂੰ ਪਸੰਦ ਆਉਣਾ ਚਾਹੀਦਾ, ਹੈ ਨਾ? ਅਤੇ ਵੈਸੇ ਕੁੜੀਆਂ 'ਚੋਂ ਕੋਈ ਪਸੰਦ ਨਹੀਂ ਆਈ, ਇੰਨੀਆਂ ਹੌਟ ਹੌਟ ਕੁੜੀਆਂ ਸੀਗੀਆਂ? ਸੋਨਾਕਸ਼ੀ ਵਰਗੀ ਲੱਗਦੀ ਹੈ ਸੋਨਾਕਸ਼ੀ?
ਵਾਹ ਜੀ ਵਾਹ, ਵੈਰੀ ਨਾਈਸ। ਡੈਫੀਨੇਟਲੀ ਬੇਟਾ ਆਪਾਂ ਵੀ ਕਰਾਂਗੇ, ਔਰ ਤੁਸੀਂ ਵੀ ਸਾਨੂੰ ਕੀਪ ਵਾਚਿੰਗ ਐਂਡ ਕੀਪ ਲਵਿੰਗ ਅਸ ਔਰ ਕੀਪ ਸ਼ੇਅਰਿੰਗ। Thank you, beta. Thank you so much. Love you all. Miss you all. Hopefully, see you all soon. Okay, Sat Sri Akal, beta. Thank you. Hey, see, Jovan Jot Singh ji, Houston, do koi sanu call karna chahe te call kar sakda. Number 216-800-6988. Jinna ne program dekhya. ਉਹ ਆਪਣੀ ਫੀਲਿੰਗਸ ਜਾਂ ਆਪਣਾ ਤਜਰਬਾ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਨੇ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਵੀ ਸ਼ੇਅਰ ਕਰ ਸਕਦੇ ਨੇ ਕਿ ਉਹਨਾਂ ਦਾ ਕੀ ਹਾਲ ਹੋਇਆ ਵੀਡੀਓਜ਼ ਦੇਖ ਦੇਖ ਕੇ। ਜਿਵੇਂ ਇਹਨਾਂ ਨੇ ਹਿਊਸਟਨ ਟੈਕਸਸ 'ਚ ਸੀਗੇ, ਮੇਰੇ ਭਾਂਜੇ ਲੱਗੇ ਨਾ ਅਤੇ ਨਹੀਂ ਭਤੀਜੇ ਲੱਗੇ, ਅਤੇ ਉਹ ਉਹਨਾਂ ਨੇ ਹਿਊਸਟਨ ਦੇ ਵਿੱਚੋਂ ਵੀਡੀਓਜ਼ ਦੇਖ ਕੇ ਉਹਨਾਂ ਨੂੰ ਕਾਫੀ ਆਈਡੀਆ ਲੱਗ ਗਿਆ ਕਿ ਕੈਸਾ ਸ਼ੋਅ ਸੀਗਾ। ਚਲੋ ਆਪਾਂ ਪ੍ਰੈਸ ਕਾਨਫਰੰਸ 'ਤੇ ਵਾਪਸ ਚੱਲਦੇ ਹਾਂ। ਪੂਰੀ ਪ੍ਰੈਸ ਕਾਨਫਰੰਸ 'ਚ ਪ੍ਰਭੂ ਦੇਵਾ ਨੇ ਸਿਰਫ ਹੈਲੋ ਕਹੀ, ਲੇਕਿਨ ਜਦੋਂ ਉਹ ਉਹਨਾਂ ਨੇ ਡਾਂਸ ਸ਼ੁਰੂ ਕੀਤਾ, ਜੇ ਉਹਨਾਂ ਨੇ ਗੱਲ ਕੀਤੀ ਹੈ ਤੇ ਆਪਣੀ ਬਾਡੀ ਦੇ ਨਾਲ ਗੱਲ ਕੀਤੀ ਹੈ। ਕੀ ਬਾਤ ਹੈ! ਮੈਂ ਸੋਚ ਰਹੀ ਹਾਂ ਕਿ ਹਲੇ ਤੁਸੀਂ ਇਮੇਜਿਨ ਕਰ ਲਓ ਕਿ ਅਗਰ ਇਸ ਏਜ 'ਚ ਆ ਕੇ ਉਹ ਇਸ ਤਰ੍ਹਾਂ ਦਾ ਡਾਂਸ ਕਰ ਰਹੇ ਨੇ, ਤੇ ਜਦੋਂ ਮੁਕਾਬਲਾ ਜਿਹੜਾ ਗਾਣਾ ਆਇਆ ਸੀ, ਜਦੋਂ ਉਹਨਾਂ ਨੇ ਯੰਗ ਟਾਈਮ ਦੇ ਵਿੱਚ, ਮੈਂ ਉਹਨਾਂ ਨੂੰ ਉਸ ਗਾਣੇ 'ਤੇ ਡਾਂਸ ਕਰਿਆ ਕਰਦੀ ਹੁੰਦੀ ਸੀ, ਕਾਪੀ ਕਰਕੇ ਉਹਨਾਂ ਦੇ ਸਟੈਪਸ, ਤੇ ਉਹ ਤੁਸੀਂ ਸੋਚੋ ਕਿ ਉਹਦੇ 'ਚ ਉਸ ਬੰਦੇ 'ਚ ਕਿੰਨੀ ਫੁਰਤੀ ਔਰ ਕਿੰਨਾ ਲਚਕੀਲਾਪਨ ਹੋਏਗਾ। ਫੁਰਤੀ ਅਸੀਂ ਦੇਖੀ ਸਟੇਜ ਦੇ ਉੱਤੇ, ਕਮਾਲ ਕਰਤੀ ਪ੍ਰਭੂ ਦੇਵਾ ਨੇ, ਕਮਾਲ। ਨੋ ਵੰਡਰ ਵਾਈ ਇੰਡੀਆ ਦਾ ਮਾਈਕਲ ਜੈਕਸਨ ਕਿਹਾ ਜਾਂਦਾ, ਦੇਰ ਇਜ਼ ਹੀ ਇਜ਼ ਮਾਈਕਲ ਜੈਕਸਨ। ਜੀ ਹਾਂ, ਇੱਕ ਤੇ ਅਸੀਂ ਨਹੀਂ ਦੇਖ ਪਾਏ, ਆਈ ਮੀਨ ਵੀਡੀਓ ਟੀਵੀ ਤੇ ਦੇਖਿਆ, ਲਾਈਵ ਨਹੀਂ ਦੇਖ ਪਾਏ, ਲੇਕਿਨ ਇਹਨੂੰ ਦੇਖ ਲਿਆ, ਸੋ ਸਾਡੀ ਉਹ ਇੱਛਾ ਪੂਰੀ ਹੋ ਗਈ। ਸਾਨੂੰ ਲੱਗ ਰਿਹਾ ਕਿ ਇਸ ਮਾਈਕਲ ਦਾ ਕੁਝ ਹਿੱਸਾ ਸੀ ਵੇਖ ਲਿਆ, ਕਿਉਂਕਿ ਉਹ ਵੀ ਮਾਈਕਲ ਜੈਕਸਨ ਦੇ ਬਹੁਤ ਵੱਡੇ ਫੈਨ ਨੇ। ਉਹਨਾਂ ਨੂੰ ਵੇਖ ਵੇਖ ਕੇ ਆਫਕੋਰਸ ਬੜੇ ਸਾਰੇ ਡਾਂਸਰਸ ਇੰਸਪਾਇਰਡ ਹੋਏ ਨੇ। ਅਤੇ ਹੁਣ ਗੱਲਬਾਤ ਕਰਦੇ ਹਾਂ, ਸੋਨਾਕਸ਼ੀ ਸਿਨਹਾ ਦੀ ਗੱਲ ਕੀਤੀ ਹੈ ਜੀ, ਸੋਨਾਕਸ਼ੀ ਸਿਨਹਾ ਦੀ ਗੱਲ ਕਰਾਂਗੀ ਕਿ ਓ ਮਾਈ ਗਾਡ, ਵਟ ਆਰ ਟਰਾਂਸਫਰਮੇਸ਼ਨ! ਉਹਨਾਂ ਨੇ ਜੋ ਫਿਟਨੈਸ ਲੈਵਲ ਆਪਣਾ ਕੀਤਾ, ਮੈਂ ਕਹਾਂਗੀ ਸਾਡੀ ਕੁੜੀਆਂ ਤੋਂ ਸਭ ਤੋਂ ਜ਼ਿਆਦਾ ਫਿੱਟ ਹੀ ਹੋਈ ਹੋਏਗੀ, ਕਿਉਂਕਿ ਟਾਲ, ਬਿਊਟੀਫੁਲ ਐਂਡ ਕਹਿੰਦੇ ਨਾ ਕਿ ਇੰਨੀ ਸੋਹਣੀ ਬਾਡੀ, ਲੰਬੀ ਉੱਚੀ ਜਵਾਨ ਕੁੜੀ ਜਿਵੇਂ ਪੰਜਾਬਣਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀ ਉਹਦੀ ਬਾਡੀ ਹੈ। ਔਰ ਉੱਤੋਂ ਦੀ ਉਹਨੇ ਆਪਣੇ ਆਪ ਨੂੰ ਜੋ ਫਿੱਟ ਕੀਤਾ ਕਿ ਉਹਦੇ ਅਸੀਂ ਲਿਟਰਲੀ ਅਸੀਂ ਉਹਦੇ ਐਪਸ ਗਿਣ ਸਕਦੇ ਹਾਂ। ਅੱਛਾ, ਮੈਂ ਨਹੀਂ ਨੇੜੇ ਗਿਆ, ਨਹੀਂ ਤੇ ਮੈਨੂੰ ਪਤਾ ਨਹੀਂ, ਛੋਟੇ ਛੋਟੇ ਬਿਸਕਿਟਸ ਉਹਦੇ ਕਾਊਂਟ ਕਰ ਸਕਦੇ। ਸ਼ੀ ਵਾਸ ਵੈਰੀ ਫਿਟ, ਵੈਰੀ ਫਿਟ, ਯਾ, ਬਹੁਤ ਫਿਟ। ਉਹ ਸਾਰੀਆਂ ਫਿਟ ਸੀਗੀਆਂ, ਕੈਟਰੀਨਾ ਫਿਟ ਸੀਗੀ, ਯਾ, ਸਾਰੀਆਂ ਫਿਟ ਸੀ, ਲੇਕਿਨ ਇਹਦਾ ਕਿਉਂਕਿ ਸਭ ਤੋਂ ਜਿਆਦਾ ਡ੍ਰੈਸਡ ਅਪ ਪ੍ਰੈਸ ਕਾਨਫਰੰਸ ਸੀਗੀ ਜੈਕਲਿਨ। ਜੈਕਲਿਨ ਵਾਸ ਆਲਵੇਸ ਡ੍ਰੈਸਡ ਅਪ। ਅੱਛਾ, ਸ਼ੀ ਲਵਡ ਟੂ ਡ੍ਰੈਸ ਅਪ। ਹਾਂ, ਕੈਟਰੀਨਾ ਦੇ ਉਹ ਟ੍ਰੈਕ ਪਜਾਮਾ ਪਾ ਕੇ ਆਈ ਹੋਈ ਸੀ। ਹਾਂਜੀ, ਇਹ ਵੀ ਜ਼ਿਆਦਾਤਰ ਜੀਨਸ ਪੈਂਟ, ਔਰ ਇਹ ਵੀ ਬੜਾ ਕੈਜੂਅਲ ਜਿਹਾ ਰਹਿੰਦੀ ਹੈ ਸੋਨਾਕਸ਼ੀ। ਦੂਸਰੀ ਬੜੀ ਚੁੱਪ ਚੁੱਪ ਰਹਿੰਦੀ ਹੈ ਡੇਜ਼ੀ, ਲੇਕਿਨ ਉਹ ਵੀ ਬਹੁਤ ਪ੍ਰਿਟੀ ਹੈਗੀ ਹੈ, ਉਹ ਵੀ ਟਾਲ ਐਂਡ ਬਿਊਟੀਫੁਲ ਹੈਗੀ ਹੈ ਜੀ ਕੁੜੀ। ਸੋ ਓਵਰਆਲ ਟੋਟੈਲਿਟੀ ਮੈਂ ਕਹਾਂਗੀ ਕਿ ਬਹੁਤ ਹੀ ਖੂਬਸੂਰਤ ਸ਼ੋਅ ਰਿਹਾ ਸਾਡਾ। ਐਜ਼ ਏ ਵਿਊਅਰਸ ਮੈਂ ਦੱਸਾਂਗੀ ਕਿ ਅੱਖਾਂ ਇੰਜ ਦੀਆਂ ਇੰਜ ਰਹਿ ਰਹੀਆਂ ਸੀ ਕਿ ਕਿਹੜੀ ਚੀਜ਼ ਮਿਸ ਨਾ ਹੋ ਜਾਏ, ਕੋਈ ਚੀਜ਼ ਮਿਸ ਨਾ ਹੋ ਜਾਏ। ਇੱਕ ਜ਼ਰੂਰ ਮੈਂ ਕਹੂੰਗਾ ਕਿ ਉਹ ਸ਼ੋਅ ਜਦੋਂ ਸ਼ੁਰੂ ਹੋਇਆ ਨਾ, ਆਮ ਤੌਰ 'ਤੇ ਸ਼ੋਅ ਸ਼ੁਰੂ ਹੁੰਦੇ ਨੇ, ਫਿਰ ਇੱਕ ਟਾਈਮ ਆਉਂਦਾ ਕਿ ਆਡੀਅੰਸ ਅੱਗੇ ਪਿੱਛੇ ਬੋਰ ਹੋ ਕੇ ਬਾਹਰ ਜਾ, ਉਹ ਸ਼ੋਅ ਇੰਜ ਸ਼ੁਰੂ ਹੋਇਆ, ਅਸੀਂ ਬ੍ਰੇਕ ਹੀ ਨਹੀਂ ਕੀਤਾ, ਫਿਰ ਉੱਪਰ ਹੀ ਗਿਆ, ਅਸੀਂ ਨਾ ਸੋਡਾ ਪਿੱਤਾ, ਨਾ ਡਰਿੰਕ ਪਿੱਤਾ, ਕੁਛ ਵੀ ਨਹੀਂ। ਮੈਂ ਕਿਹਾ ਉਹ ਬਾਥਰੂਮ ਜਾਣਾ ਪਏਗਾ, ਸੁਸੂ ਆ ਜਾਏਗਾ, ਬੈਟਰ ਹੈ ਕਿ ਕੁਛ ਡਰਿੰਕ ਨਾ ਕਰੋ। ਮੈਨੂੰ ਸਾਡੇ ਨਾਲ ਸਾਡੇ ਫਰੈਂਡਸ ਗਏ ਸੀ, ਉਹ ਕਹਿੰਦੇ ਸੀ ਡੀਹਾਈਡਰੇਟ ਹੋ ਜਾਏਗੀ, ਤੂੰ ਇੰਨਾ ਰੋਲਾ ਪਾ ਰਹੀ ਹੈ, ਚੀਜ਼ ਨਹੀਂ ਹੈ। ਮੈਂ ਤੁਹਾਨੂੰ ਇੱਕ ਸੱਚੀ, ਮੈਂ ਦੱਸਦਾ ਸ਼ੋਅ ਦੀ ਗੱਲ ਦੱਸਦਾ, ਮੇਰਾ ਇੱਕ ਫਰੈਂਡ ਹੈ, ਮੈਂ ਨਾਂ ਨਹੀਂ ਲਊਂਗਾ, ਕਹਿੰਦਾ ਚੱਲ ਚੱਲੀਏ ਬਾਹਰ, ਅਤੇ ਅਸੀਂ ਬਾਹਰ ਗਏ ਅਤੇ ਅਸੀਂ ਰੈਸਟਰੂਮ ਚਲੇ ਗਏ, ਅਤੇ ਮੈਂ ਆਪਣਾ ਨੰਬਰ ਵਨ ਕਹਿੰਦੇ ਨੰਬਰ ਵਨ ਮੈਂ ਕਰਕੇ ਬਾਹਰ ਆਇਆ, ਅਤੇ ਮੈਂ ਥੱਲੇ ਅਨਾਊਂਸਮੈਂਟ ਹੋ ਗਿਆ, ਕਤਰੀਨਾ ਆ ਗਈ। ਮੈਂ ਅੰਦਰ ਜਾ ਕੇ ਹੈਲੋ ਕਿੰਨੀ ਦੇਰ ਲਾਣੀ ਹੈ, ਕਹਿੰਦਾ ਬਸ ਆ ਗਿਆ। ਮੈਂ ਕਿਹਾ ਕਤਰੀਨਾ ਆ ਗਈ, ਮੈਂ ਚੱਲਿਆ ਤੇ ਮੈਂ ਉਹਨਾਂ ਨੂੰ ਛੱਡ ਕੇ ਮੈਂ ਭੱਜ ਗਿਆ। ਓ ਮਾਈ ਗੋਡ, ਸੀਰੀਅਸਲੀ, ਲਿਟਰਲੀ ਭੱਜਿਆ। ਆਈ ਵਾਸ ਗੁੱਡ ਬਿਕੋਜ਼ ਕਤਰੀਨਾ ਜਦੋਂ ਆਡੀਅੰਸ ਦੇ ਵਿੱਚੋਂ ਜਾ ਰਹੀ ਸੀਗੀ, ਮੇਰੀ ਸੀਟਾਂ ਅੱਗੇ ਹੀ ਸੀਗੀਆਂ, ਮੇਰੇ ਤੋਂ ਉੱਪਰੋਂ ਗਈ, ਮੈਂ ਤਾਂ ਕਹਿੰਦਾ ਮੇਰਾ ਤਾਂ ਰੋਮ ਰੋਮ ਕੇ ਆਸ਼ੀਰਵਾਦ ਜਿਵੇਂ ਨਹੀਂ ਦੇਵੀ ਮਾਂ ਦੇ ਕੇ ਗਈ ਜਾਂਦੇ, ਐਂ ਮੈਨੂੰ ਫੀਲ ਕਰ ਰਿਹਾ। ਨਹੀਂ, ਵਾਕਈ ਬੜਾ ਖੂਬਸੂਰਤ ਸ਼ੋਅ ਸੀਗਾ, ਔਰ ਵਾਕਈ ਅਗੇਨ ਮੈਂ ਕਹਾਂਗੀ ਵਧਾਈ ਦੇ ਪਾਤਰ ਬਣਦੇ ਨੇ ਅਲੀਟ ਬਾਲੀਵੁੱਡ ਇੰਟਰਟੇਨਮੈਂਟ ਇੰਟਾਇਰ ਟੀਮ, ਉਹਨਾਂ ਦੇ ਤਿੰਨ ਬਿਊਟੀਫੁਲ ਡਾਟਰ ਐਂਡ ਬਿਊਟੀਫੁਲ ਵਾਈਫ ਤੇ ਮਹਿਮਾ, ਰੀਮਾ, ਨੇਹਾ, ਨੇਹਾ, ਰਾਈਟ? ਸੋ ਇਹ ਤਿੰਨਾਂ ਦੇ ਕਮਾਲ ਕਰ ਦਿੱਤੀ ਵਿਜੇ ਜੀ, ਜਿਵੇਂ ਉਹਨਾਂ ਦੇ ਨਾਂ ਨੇ ਨਾ, ਐਂਜੀ ਉਹਨਾਂ ਦੀ ਪਰਸਨੈਲਿਟੀਜ਼ ਹੈ ਜੀ, ਐਂਜੀ ਉਹਨਾਂ ਦਾ ਐਟੀਟਿਊਡ ਹੈ, ਐਂਡ ਦੇ ਆਲ ਆਰ ਆਲਸੋ ਬਿਗ ਹਾਰਟਡ।
ਕੋਈ ਉਹਨਾਂ 'ਚ ਮੈਂ ਦੇਖਿਆ ਨਾ ਇਹ ਨਹੀਂ ਦੇਖਿਆ ਕਿ ਪ੍ਰਮੋਟਰ ਦੇ ਬੱਚੇ ਨੇ ਔਰ ਐਡੇ ਵੱਡੇ ਸਟਾਰਸ ਦਾ ਉਹ ਅਰੇਂਜ ਕਰ ਰਹੇ ਨੇ ਕੁਛ ਨਹੀਂ ਆਈ ਮੀਨ ਮੈਂ ਐਟੀਟਿਊਡ ਦੇਖਿਆ ਹੀ ਨਹੀਂ ਉਹਨਾਂ 'ਚ ਸੋ ਕਿਸੇ ਨੂੰ ਕੋਈ ਟਿਕਟ ਨਹੀਂ ਮਿਲ ਰਹੀ ਅਤੇ ਉਹ ਸਾਰੇ ਹੈਲਪ ਕਰ ਰਹੇ ਬੜੇ ਨਾਈਸਲੀ ਕੋਈ ਐਟੀਟਿਊਡ ਨਹੀਂ ਸੀਗਾ ਕਿ ਅਰੇ ਮੈਂ ਬਿਜ਼ੀ ਹੂੰ ਜਾਂ ਮੇਰੇ ਸੇ ਮੇਰੇ ਕੋ ਤੰਗ ਮਤ ਕਰੋ ਨਹੀਂ ਆਮ ਤੌਰ ਤੇ ਨਾ ਉਹ ਆਮ ਤੌਰ ਤੇ ਲੋਕੀ ਜਿਹੜੇ ਇਵੈਂਟਸ ਕਰਾਉਂਦੇ ਨੇ ਡੇ ਆਲ ਡੇ ਉਹਨਾਂ ਨੂੰ ਇੰਜ ਲੱਗਦਾ ਕਿ ਦੇ ਆਰ ਦਾ ਸਟਾਰਸ ਦੇ ਆਰ ਐਵਰੀਥਿੰਗ ਯਾ ਉਸ ਦਿਨ ਉਹਨਾਂ ਦੇ ਬੜਿਆਂ ਦੇ ਮੈਂ ਐਟੀਟਿਊਡ ਬਦਲਦੇ ਦੇਖੇ ਨੇ ਠੀਕ ਹੈ ਲੇਕਿਨ ਇਸ ਪਾਸੇ ਮੈਂ ਦੇਖਿਆ ਨਹੀਂ ਸੋ ਮੇਰੇ ਲਈ ਇਹੀ ਬਹੁਤ ਮੈਨੂੰ ਅੱਛਾ ਲੱਗਿਆ ਕਿ ਉਹ ਕਈ ਵਾਰੀ ਕਹੀਦਾ ਨਾ ਇੱਕ ਕਹਾਵਤ ਹੈਗੀ ਕਿ ਜਿਹੜਾ ਜਿਹੜਾ ਪਦੇਸ਼ੀ ਰਈਸ ਹੋਵੇ ਨਾ ਉਹਦੀ ਗੱਲਬਾਤ ਤੋਂ ਪਤਾ ਲੱਗ ਜਾਂਦਾ ਔਰ ਜਿਹੜਾ ਨਵਾਂ ਨਵਾਂ ਰਈਸ ਹੋਇਆ ਹੋਵੇ ਨਾ ਉਹਦਾ ਵੀ ਪਤਾ ਚੱਲਦਾ ਗੱਲਬਾਤ ਤੋਂ ਪਤਾ ਲੱਗ ਜਾਂਦਾ ਸੋ ਐਨੀਵੇਜ਼ ਆਲ ਟੁਗੇਦਰ ਬਹੁਤ ਅੱਛਾ ਸ਼ੋਅ ਰਿਹਾ ਔਰ ਇੱਕ ਸਰਪ੍ਰਾਈਜ਼ ਹੈਗਾ ਜੇ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ ਲੇਕਿਨ ਹੁਣ ਜਾਂਦੇ ਜਾਂਦੇ ਦੱਸਦਾਂ ਕਿ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਅਸੀਂ ਡਾਂਸ ਯੂਐਸਏ ਡਾਂਸ ਜੀ ਹਾਂ ਉਹਦਾ ਸੈਮੀਫਿਨਾਲੇ 13 ਜੁਲਾਈ ਨੂੰ ਨਿਊ ਜਰਸੀ 'ਚ ਹੈਗਾ ਔਰ ਫਾਈਨਲ ਹੈਗਾ ਨਿਊਯਾਰਕ 'ਚ 15 ਜੁਲਾਈ ਨੂੰ ਅਸੀਂ ਪਹੁੰਚ ਰਹੇ ਹਾਂ ਕਿਉਂਕਿ ਸਾਡੀ ਇੱਥੇ ਅਸੀਂ ਇੱਥੇ ਲੋਕਲ ਪ੍ਰਮੋਟਰ ਸੀਗੇ ਉਸ ਸ਼ੋਅ ਦੇ ਔਰ ਅਸੀਂ ਉਸ ਸ਼ੋਅ ਦੇ ਫਾਈਨਲ 'ਤੇ ਜਾਣਾ ਕਿਉਂਕਿ ਸਾਡੀ ਡੀਐਮਈ ਤੋਂ 3 ਟੀਮਾਂ ਗਈਆਂ ਨੇ ਸੋ ਅਸੀਂ ਜਾ ਕੇ ਚੇਅਰ ਅਪ ਕਰਨਾ ਤੁਸੀਂ ਵੀ ਆਉਣਾ ਚਾਹੁੰਦੇ ਨਿਊਯਾਰਕ ਨਾਲੇ ਡਾਂਸ ਯੂਐਸਏ ਡਾਂਸ ਸ਼ੋਅ ਦੇਖ ਲਓ ਕੀ 5678 ਮੀਡੀਆ ਗਰੁੱਪ ਕਰ ਰਿਹਾ ਹੈਗਾ ਜ਼ੀ ਟੀਵੀ ਦੇ ਨਾਲ ਅਸ਼ਵਨੀ ਕੁਮਾਰ ਜੀ ਅੰਜਨਾ ਜੀ ਦੇ ਆਰ ਆਲਸੋ ਡਾਊਨ ਟੂ ਅਰਥ ਪੀਪਲ ਉਹ ਵੀ ਬਹੁਤ ਹੰਬਲ ਸਾਡੀ ਲੋਕਲ ਟੈਲੈਂਟ ਹੈ ਜੀ ਸਾਡੀ ਡੀਜੀ ਸੈਰਿਸ਼ ਖਾਨ ਐਕਸਲੈਂਟ ਜੌਬ ਕਰਦੀ ਹੈ ਆਪਾਂ ਜਾ ਕੇ ਇੱਕ ਲਾਸਟ ਮੌਕਾ ਉਹਨਾਂ ਨੂੰ ਮਿਲਣ ਦਾ ਵੀ ਵਿਲ ਗੋ ਦੇਅਰ ਯੂ ਗਾਇਸ ਗੋ ਦੇਅਰ ਟਿਕਟ ਨਹੀਂ ਬਾਏ ਕੀਤੀਆਂ ਬਾਏ ਕਰੋ ਛੁੱਟੀਆਂ ਚੱਲ ਰਹੀਆਂ ਨੇ ਕਿਉਂ ਨਹੀਂ ਆਪਣੀ ਲੋਕਲ ਦੀ ਹਾਂ ਇਹ ਨਹੀਂ ਕਿ ਆਪਾਂ ਸਿਰਫ ਆਪਣੇ ਲੋਕਲ ਸ਼ੋਜ਼ ਨੂੰ ਵੀ ਹੈਲਪ ਕਰਨੀ ਐਂ ਬਾਹਰ ਜਾ ਕੇ ਵੀ ਹੈਲਪ ਆਊਟ ਕਰੋ ਆਰਟਿਸਟ ਛੋਟਾ ਹੋਵੇ ਵੱਡਾ ਹੋਵੇ ਪ੍ਰਮੋਟਰ ਛੋਟਾ ਹੋਵੇ ਵੱਡਾ ਹੋਵੇ ਤੁਹਾਡੇ ਸ਼ਹਿਰ ਦੇ ਆਰਟਿਸਟ ਨੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਨਾਲ ਫੇਰ ਦੱਸਣੇ ਕਿ ਸਾਡਾ ਨਾਲ ਪ੍ਰੈਸ ਕਾਨਫਰੰਸ 'ਚ ਕੀ ਹੋਇਆ
ਵੈਲਕਮ ਬੈਕ ਟੂ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਹੁਣ ਆਪਾਂ ਡਾਂਸ ਯੂ ਐਸ ਏ ਡਾਂਸ ਦੀ ਸ਼ੋਅ ਕਰ ਰਹੇ ਸੀਗੇ, ਜਿਹੜਾ 13 ਜੁਲਾਈ ਨੂੰ ਔਰ 15 ਜੁਲਾਈ ਨੂੰ ਨਿਊਯਾਰਕ 'ਚ ਫਾਈਨਲ ਹੈਗਾ। ਹੁਣ ਆਪਾਂ ਗੱਲ ਕਰਨੇ ਡਾਂਸ 'ਤੇ ਹੀ, ਉੱਤੇ ਤੀਆਂ ਦਾ ਮੇਲਾ ਜੀ ਹਾਂ ਪੰਜਾਬਣਾ, ਜਿੱਥੇ ਆਪਣੇ ਅਵਤਾਰ 'ਚ ਆਉਂਦੀਆਂ ਨੇ ਪੰਜਾਬੀ ਸੂਟ, ਸੱਗੀ ਫੁੱਲ, ਮਤਲਬ ਪੂਰੀ ਟ੍ਰੈਡੀਸ਼ਨਲ ਡਰੈਸਾਂ 'ਚ ਸਾਡੀਆਂ ਧੀਆਂ ਭੈਣਾਂ ਬੱਚੀਆਂ। ਲੈਟ ਮੀ ਟੈਸਟ ਮਿਸਟਰ ਗਿੱਲ, ਸੱਗੀ ਫੁੱਲ ਕੀ ਹੁੰਦਾ? ਸੱਗੀ ਫੁੱਲ ਹੁੰਦਾ ਹੈ ਜੀ, ਉਹ ਸਿਰ 'ਤੇ ਲੱਗਦਾ, ਉਹਦੇ ਉੱਪਰ ਚੁੰਨੀ ਟੰਗੀ ਦੀ ਹੈਗੀ, ਉਹ ਲੱਗਦਾ ਆਈਸਕ੍ਰੀਮ ਕੋਨ ਵਰਗਾ। ਬਾਕੀ ਉੱਥੇ ਧੀਆਂ ਪੈਣਾ ਮੇਰੀ ਆਉਂਦੀ ਨੇ, ਕੋਈ ਬੱਚੀ ਛੋਟੀ ਮੈਨੂੰ ਆ ਕੇ ਪੁੱਛ ਲਿਆ ਅੰਕਲ ਮੈਨੂੰ ਸੱਗੀ ਫੁੱਲ ਚਾਹੀਦਾ, ਤੇ ਮੈਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੈ। ਇਹੀ ਸਾਡੀ ਟ੍ਰੈਡੀਸ਼ਨ ਹੈ, ਇਹੀ ਸਾਡੇ ਰੀਤੀ ਰਿਵਾਜ ਨੇ ਕਿ ਅਸੀਂ ਧੀਆਂ ਪੈਣਾ ਨੂੰ ਆਪਣੇ ਪੰਜਾਬ ਨਾਲ, ਆਪਣੀ ਬੋਲੀ ਨਾਲ ਕਿਵੇਂ ਜੋੜ ਕੇ ਰੱਖੀਏ ਜੀ। ਔਰ ਇਹ ਹੋਣ ਜਾ ਰਿਹਾ ਅਗਸਤ 4 ਵੈਨਿਊ ਹਾਈ ਸਕੂਲ, ਵੈਨਿਊ ਬਹੁਤ ਖੂਬਸੂਰਤ ਹੈ, ਬਹੁਤ ਜ਼ਬਰਦਸਤ ਫੂਡ ਉੱਥੇ ਹੈਗਾ 5 ਤਾਰਾ ਦਾ ਜੀ ਹਾਂ, ਪੂਰਾ ਟ੍ਰੈਡੀਸ਼ਨਲ 5 ਤਾਰਾ ਫੂਡ ਉੱਥੇ ਲੈ ਕੇ ਆਏਗਾ। ਤੀਆਂ ਤੇ ਖਾਸ ਕਿਹੜੀ ਕਿਹੜੀ ਚੀਜ਼ ਉਹਦੀ ਐਤਕੀ 5 ਤਾਰਾ ਵਿਕਾਸ ਮੇਕ ਸ਼ੋਰ ਕਿ ਉੱਥੇ ਲੈ ਕੇ ਆਏਗਾ, ਔਰ ਆਪਣਾ ਪੰਜਾਬ ਥੋੜੇ 4-5 ਘੰਟਿਆਂ ਲਈ ਉਹਨੂੰ ਅਸੀਂ ਮੈਕਲੇਨ ਹਾਈ ਸਕੂਲ ਨੂੰ ਪੰਜਾਬ ਬਣਾਉਣਾ। ਤੇ ਜੀ ਉਹ ਚ ਅਗਰ ਤੁਸੀਂ ਮਿਸ ਔਰ ਮਿਸਿਸ ਦੀਆਂ ਪੰਜਾਬਣ ਚ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਹੈ ਤਾਂ ਪਲੀਜ਼ ਡੂ ਦੈਟ ਸੋ, ਕਿਉਂਕਿ ਜਿਹੜੀਆਂ ਕੁੜੀਆਂ ਵਿਨਰਸ ਹੁੰਦੀਆਂ ਨੇ ਉਹ ਕੁਆਲੀਫਾਈਡ ਹੁੰਦੀਆਂ ਨੇ ਨੈਕਸਟ ਈਅਰ ਜੱਜ ਬਣਨ ਵਾਸਤੇ। ਪਲੱਸ ਜਿਹੜਾ ਵੀ ਇੱਥੇ ਲੋਕਲ ਕੋਈ ਮਿਊਜ਼ਿਕ ਐਲਬਮ ਕਰਦਾ ਹੈ, ਕੋਈ ਵੀਡੀਓ ਐਲਬਮ ਬਣਾ ਰਿਹਾ ਹੈ, ਸ਼ੋਰਟ ਮੂਵੀ ਬਣਾ ਰਿਹਾ, ਤਾਂ ਅਸੀਂ ਉਹਨਾਂ ਨੂੰ ਮੌਕਾ ਦਿੰਦੇ ਹਾਂ ਉਹਦੇ 'ਚ ਕੰਮ ਕਰਨ ਦਾ, ਜਿਵੇਂ ਸਾਡੀ ਤਾਨੀਆ ਮਲਿਕ ਨੇ ਕੰਮ ਕੀਤਾ ਜਾਂ ਮੋਨਿਕਾ ਅਹੁਜਾ ਨੇ ਕੰਮ ਕਰ ਰਹੀ ਹੈ। ਸੋ ਜੀ ਹੁਣ ਆਪਾਂ ਵਾਪਸ ਆਉਂਦੇ, ਕਿਉਂਕਿ ਅੱਜ ਦੀ ਜਿਹੜੀ ਈਵਨਿੰਗ ਹੈ ਨਾ ਉਹ ਦਬੰਗ ਸ਼ੋਅ, ਸਲਮਾਨ ਖਾਨ, ਵਿਜੇ ਤਨੇਜਾ, ਅਲੀਟ ਬਾਲੀਵੁੱਡ ਐਂਟਰਟੇਨਮੈਂਟ ਅਤੇ ਇਹਨਾਂ ਸਾਰੇ ਪਰਿਵਾਰ ਨੂੰ ਜਾ ਰਹੀ ਹੈ। ਸੋ ਅੱਜ ਦਾ ਦਿਨ ਅਸੀਂ ਇਹਨਾਂ ਨੂੰ ਡੈਡੀਕੇਟ ਕੀਤਾ, ਅਸੀਂ ਕਿਹਾ 3 ਦਿਨ ਨਾ ਜਿਹੜੇ ਅਸੀਂ ਇੰਜ ਵੀਕਐਂਡ ਆਪਣਾ ਖਤਮ ਕਰਨੇ ਆ, ਉੱਧਰ ਉਹ ਸਲਮਾਨ ਹੋਰੀ ਆਪਣੇ ਘਰ ਜਾਣ, ਕੱਲ੍ਹ ਤੋਂ ਅਸੀਂ ਆਪਣੇ ਘਰ। ਮੈਂ ਬੜਾ ਸ਼ੁਕਰ ਕੀਤਾ ਜਦੋਂ ਮੈਨੂੰ ਪਤਾ ਲੱਗਾ ਸਲਮਾਨ ਖਾਨ ਨਿਊ ਜਰਸੀ ਚਲਾ ਗਿਆ। ਸੱਚੀ ਮੈਨੂੰ ਨੀਂਦ ਨਹੀਂ ਆ ਰਹੀ ਸੀ, 2-3 ਦਿਨਾਂ ਤੋਂ ਡਰ ਲੱਗਾ ਹੋਇਆ ਸੀ ਕਿ ਕਿਤੇ ਵਿਜੇ ਸਰ ਇਹ ਨਾ ਹੋਵੇ ਕਿ ਮੈਂ ਕਹਿੰਦਾ ਮੇਰਾ ਯਾਰ ਕਿ ਇੱਥੇ 5,000 ਜਨਾਨੀਆਂ ਭੱਜ ਗਈਆਂ ਨੇ ਸਲਮਾਨ ਖਾਨ ਨਾਲ। ਆਈ ਵਿਸ਼, ਲੇਕਿਨ ਅਸੀਂ ਹੀ ਇਜ਼ ਐਕਚੁਅਲੀ ਸੱਚ ਅ ਗੁੱਡ ਗਾਏ, ਜੇ ਅਸੀਂ ਭੱਜ ਵੀ ਜਾਂਦੀਆਂ ਉਹਨੇ ਵਾਪਸ ਤੋੜ ਦੇਣਾ ਸੀ ਸਾਨੂੰ ਕਿ ਜਾਓ ਸੰਭਾਲੋ ਆਪਣਾ ਘਰ। ਸੋ ਐਨੀਵੇਜ਼ ਜੀ, ਟਾਈਮ ਹੁਣ ਅਲਵਿਦਾ ਹੋਣ ਦਾ ਆਲਮੋਸਟ ਆ ਗਿਆ, ਲੇਕਿਨ ਆਪਾਂ ਪ੍ਰੈਸ ਕਾਨਫਰੰਸ ਦੀ ਗੱਲ ਕਰਨੇ ਆ। ਆਪਾਂ ਪ੍ਰੈਸ ਕਾਨਫਰੰਸ, ਪ੍ਰੈਸ ਕਾਨਫਰੰਸ ਮੈਂ ਤੇ ਪਹਿਲੀ ਵਾਰੀ ਅਟੈਂਡ ਕੀਤੀ ਓਨੈਸਟਲੀ ਸਪੀਕਿੰਗ, ਓਕੇ, ਤੇ ਬਹੁਤ ਹੀ ਵਧੀਆ ਸੀ। ਹਰ ਮੀਡੀਆ ਨੂੰ 2-2 ਸਵਾਲ ਪੁੱਛਣ ਨੂੰ ਕਹੇ ਗਏ ਸੀਗੇ, ਔਰ ਕਈਆਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਹੈਗਾ, ਤੇ ਇਟ ਵਾਸ ਵੈਰੀ ਗੁੱਡ। ਇੱਕ ਅਸੀਂ ਵੀਡੀਓ ਪੋਸਟ ਕੀਤੀ ਹੈਗੀ ਹੈ ਮਾਈ ਟੀਵੀ ਦੇ ਫੇਸਬੁੱਕ ਤੇ, ਉਹ ਜੇ ਕਦੀ ਟਾਈਮ ਲੱਗੇ ਜ਼ਰੂਰ ਦੇਖਣਾ। ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਸਲਮਾਨ ਖਾਨ ਜੀ ਆਪਣਾ ਟਾਈਮ ਕਿਸ ਤਰ੍ਹਾਂ ਕਿਲ ਕਰ ਰਹੇ ਸੀ ਔਰ ਕਿਸ ਤਰ੍ਹਾਂ ਉਹ ਕੀ ਕਰ ਰਹੇ ਸੀ ਕਿ ਲੋਕੀ ਕਈ, ਮੈਨੂੰ ਪਤਾ ਪਿੱਛੇ ਜੇ ਜਦੋਂ ਪੇਂਟਿੰਗ ਵਗੈਰਾ ਬਣਾਉਂਦੇ ਸੀ ਤੇ ਬੜੇ ਵੱਡੇ ਸਾਡੇ ਇੰਡਸਟਰੀ ਦੇ ਇੱਕ ਕਿੰਗ ਖਾਨ ਨੇ, ਉਹਨਾਂ ਨੇ ਬੜਾ ਭੈੜਾ ਜਿਹਾ ਕਮੈਂਟ ਪਾਸ ਕੀਤਾ ਸੀ ਕਿ ਹਾਂ ਹਾਂ ਇਹ ਕਹਾਂ ਕਾ ਆਰਟਿਸਟ ਸਮਥਿੰਗ ਇਹੋ ਜਿਹਾ ਕੁਛ ਲਿਖਿਆ ਸੀ, ਜਾਂ ਹੋ ਸਕਦਾ ਮੀਡੀਆ ਨੇ ਬਣਾਇਆ ਹੋਵੇ, ਇਹ ਵੀ ਹੋ ਸਕਦਾ। ਸੋ ਤੇ ਉਹਨਾਂ ਨੇ ਜੀ ਇੱਕ ਬੜੀ ਖਾਸ ਚੀਜ਼ ਬਣਾਈ ਇਹ। ਹੁਣ ਵਿਜੇ ਜੀ ਮੈਂ ਤੁਹਾਨੂੰ ਸੱਚੀ ਕਹਿ ਰਹੀ ਹਾਂ, ਅਗਰ ਤੁਸੀਂ ਮੇਰੇ ਤੋਂ ਮੰਗੀ ਤੇ ਮੋਨੀ ਗਿੱਲ ਤੋਂ ਕਤਲੇ ਆਮ ਹੋ ਜਾਏਗਾ, ਜਾਂ ਤੁਹਾਡਾ ਜਾਂ ਮੇਰਾ, ਨਹੀਂ ਮੈਂ ਨਹੀਂ ਚਾਹੁੰਦਾ ਕਿਸੇ ਦਾ ਵੀ ਕਤਲੇ ਆਮ ਹੋਏ। ਸੋ ਸਲਮਾਨ ਖਾਨ ਜੀ ਦਾ ਪਤਾ ਨਹੀਂ ਕਲੀਅਰਲੀ ਨਜ਼ਰ ਆ ਰਿਹਾ ਕਿ ਨਹੀਂ, ਇਹ ਸਲਮਾਨ ਖਾਨ ਜੀ ਦਾ ਨੇਮ ਟੈਗ ਉੱਥੇ ਪਿਆ ਸੀ ਤੇ ਉਹ ਕੁਛ ਡਰਾਅ ਕਰ ਰਹੇ ਸੀ, ਜਿਹੜੀ ਕਿ ਮੈਂ ਵੀਡੀਓ ਵੀ ਅਪਲੋਡ ਕੀਤੀ ਹੈ ਕਿ ਕੁਛ ਬਣਾ ਰਹੇ ਸੀਗੇ। ਤੇ ਉਹ ਕੀ ਬਣਾ ਰਹੇ ਸੀ ਇਹ ਜੀ ਓਰੀਜਨਲ ਦਿਖਾ ਰਹੀ ਹਾਂ ਕਿਉਂਕਿ ਇਹਨੂੰ ਮੈਂ ਅੱਜ ਬੈਂਕ 'ਚ ਕੱਲ੍ਹ ਸਵੇਰੇ ਜਾ ਕੇ ਬੈਂਕ 'ਚ ਪਾ ਦੇਣਾ। ਇਹ ਸ਼ੈਰਟਨ ਦਾ ਨੋਟ ਪੈਡ ਹੈਗਾ ਤੇ ਨੋਟ ਪੈਡ ਦੇ ਉੱਤੇ ਜੀ ਉਹ ਡਰਾਇੰਗ ਕਰ ਰਹੇ ਸੀ, ਸੱਚ ਅ ਬਿਊਟੀਫੁਲ ਡਰਾਇੰਗ। ਮੈਂ ਕਹਾਂਗੀ ਕਿ ਜਿਹੜੇ ਸਾਡੇ ਬੱਚੇ ਨੇ ਜਿਹੜੇ ਕੈਮਰੇ ਦੀ ਬਿਹਾਈਂਡ ਨੇ, ਪਲੀਜ਼ ਉਹ ਸਾਨੂੰ ਪੇਂਟਿੰਗ ਦਿਖਾਉਣ ਤੇ ਫਿਰ ਤੁਹਾਨੂੰ ਮਿਲਦੇ ਆ ਕੁਛ ਮੂਮੈਂਟ ਤੋਂ ਬਾਅਦ 10 ਸੈਕਿੰਡ। ਆਹ ਤੁਸੀਂ ਪੇਂਟਿੰਗ ਦੇਖੀ ਹੋਈ, ਬੜਾ ਕਈ ਵਾਰੀ ਹੁੰਦਾ ਨਾ ਕਿ ਉਹ ਇੰਗਲਿਸ਼ 'ਚ ਕਹਿੰਦੇ ਨਾ ਫਾਈਂਡਰਸ ਕੀਪਰਸ ਲੂਜ਼ਰਸ ਵੀਪਰਸ। ਹੋਇਆ ਕੀ ਕਿ ਉਹ ਵਿਚਾਰੇ ਹੋ ਗਿਆ ਆਪਣੇ ਪ੍ਰੈਸ ਕਾਨਫਰੰਸ ਹੋ ਗਈ ਤੇ ਉਹ ਸਾਰੇ ਚਲੇ ਗਏ ਬੈਕ ਡੋਰ,
ਤੇ ਅਸੀਂ ਸਾਰੇ ਟੀਵੀ ਵਾਲੇ ਆਪਣੇ ਮਾਈਕ ਸਾਰਾ ਕੁਛ ਸੰਭਾਲਣਾ ਸ਼ੁਰੂ ਹੋਏ ਤੇ ਮੈਨੂੰ ਕਹਿੰਦੀ ਜਾ ਕੇ ਮਾਈਕ ਚੱਕ ਲਿਓ ਤੇ ਮੇਰਾ ਮਾਈਕ ਸਲਮਾਨ ਖਾਨ ਸਾਹਿਬ ਦੇ ਟੇਬਲ ਦੇ ਅੱਗੇ ਪਿਆ ਸੀ ਜਦੋਂ ਮੈਂ ਮਾਈਕ ਚੱਕਣ ਗਿਆ ਤੇ ਮੇਰੇ ਪਿੱਛੇ ਆ ਗਈ ਮੈਂ ਕਿਹਾ ਮੋਨੀ ਆਹ ਕੀ ਹੈ ਮੈਂ ਚੱਕ ਕੇ ਮੋਨੀ ਦਾ ਅਰਚ ਪੜਾ ਤਾ ਸਲਮਾਨ ਖਾਨ ਦਾ ਇੰਟਰਵਿਊ ਤੇ ਉਹਨਾਂ ਦੀ ਡਰਾਇੰਗ ਹੈ ਤੇ ਸਾਡੇ ਲਈ ਤਾਂ ਗਿਫਟ ਸੀ ਸਰ ਮੇਰੇ ਲਈ ਸਲਮਾਨ ਖਾਨ ਦਾ ਇਹ ਗਿਫਟ ਫੋਰਐਵਰ ਵਾਸਤੇ ਰਹੇਗਾ ਕਿਉਂਕਿ ਜੀ ਇਹ ਮੇਰੇ ਬੱਚੇ ਵੀ ਅਗਰ ਮੈਂ ਮਰ ਵੀ ਗਈ ਤੇ ਮੇਰੇ ਬੱਚੇ ਨੂੰ ਸੰਭਾਲ ਕੇ ਰੱਖਣਗੇ ਇਹ ਮੇਰੇ ਲੋਕਰ 'ਚ ਜਾ ਰਿਹਾ ਜੀ ਹਾਂ ਲੋਕਰ 'ਚ ਕਿਉਂਕਿ ਪਤਾ ਨਹੀਂ ਹੁੰਦਾ ਕਿ ਕੋਈ ਜੈਲਸੀ ਸਹੇਲੀ ਆਵੇ ਤੇ ਫਾੜ ਦੇਵੇ ਹੈ ਨਾ ਸੋ ਉਹਨਾਂ ਵਾਸਤੇ ਇੰਤਜ਼ਾਮ ਰੱਖਿਆ ਸੀ ਜਿਨ੍ਹਾਂ ਨੇ ਦੇਖਣਾ ਆਰਟ ਵਰਕ ਅਸੀਂ ਫੋਟੋ ਕਾਪੀ ਕਰਕੇ ਰੱਖਿਆ ਇਹ ਫੋਟੋ ਕਾਪੀ ਅਸੀਂ ਫਰੇਮ 'ਚ ਲਾ ਕੇ ਵਿਜੇ ਸਾਹਿਬ ਦੇ ਆਫਿਸ 'ਚ ਵੀ ਪਹੁੰਚਾ ਦਾਂਗੇ ਕਿਉਂ ਕਹਿ ਨਾ ਸਕਣ ਕਿ ਆਰਟ ਨਹੀਂ ਵੇਖਿਆ ਸੋ ਇਹ ਉਹਨਾਂ ਦਾ ਆਰਟ ਹੈਗਾ ਜੀ ਇਹ ਖੁਲਾਸਾ ਕਰਨਾ ਸੀ ਅਸੀਂ ਪਰ ਇਹ ਮੈਂ ਨਹੀਂ ਦੇਣ ਲੱਗੀ ਭਾਵੇਂ ਸਲਮਾਨ ਖਾਨ ਜੀ ਵੀ ਆ ਕੇ ਕਹਿਣ ਕਿ ਦੇਣਾ ਕਿਉਂਕਿ ਕੁਲਦੀਪ ਨੇ ਜਿਹੜਾ ਡਾਇਲੋਗ ਛੱਡਿਆ ਕਿ ਫਾਈਂਡਰਸ ਕੀਪਰਸ ਲੂਜ਼ਰਸ ਵੀਪਰਸ ਸੋ ਤੁਸੀਂ ਲੂਜ਼ ਕੀਤਾ ਹੈ ਸਾਨੂੰ ਲੱਭਿਆ ਜੀ ਸਾਡੀ ਤਿੰਨ ਰਾਤਾਂ ਜਿਹੜੀਆਂ ਅਸੀਂ ਜਾ ਕੇ ਤੁਹਾਡੀ ਯਾਦ 'ਚ ਗੁਜ਼ਾਰੀਆਂ ਨੇ ਕਿ ਹਾਏ ਸਲਮਾਨ ਖਾਨ ਆ ਗਿਆ ਹਾਏ ਸਲਮਾਨ ਖਾਨ ਰੋਟੀ ਖਾ ਰਿਹਾ ਹੋਏਗਾ ਨੈਕਸਟ ਟਾਈਮ ਮੈਂ ਕਹੂੰਗਾ ਵਿਜੇ ਸਰ ਨੂੰ ਕਹੂੰਗਾ ਜਦੋਂ ਵੀ ਕੋਈ ਵੱਡਾ ਆਰਟਿਸਟ ਬੁਲਾਉਂਦੇ ਨਾ ਤੇ ਕੋਈ ਸਲੂਨ ਸਲਾਨ ਨਾਲ ਵੀ ਕੋਈ ਗੱਲ ਕਰ ਲਓ ਕਿਉਂਕਿ ਉਸ ਦਿਨ ਔਰਤਾਂ ਸਵੇਰ ਦੇ 9 ਵਜੇ ਤੋਂ ਕੋਈ ਕੋਈ ਬਾਲ ਕਰਾਨ ਭੱਜ ਰਹੀ ਹੈ ਕੋਈ ਨੇਲ ਕਰਾਨ ਭੱਜ ਰਹੀ ਹੈ ਕੋਈ 2 ਦਿਨ ਪਹਿਲਾਂ ਸ਼ੋਪਿੰਗ ਖਰੀਦ ਕੇ ਡਰੈਸਾਂ ਖਰੀਦੀਆਂ ਜਾ ਰਹੀਆਂ ਨੇ ਮੇਰੇ ਘਰੇ ਮੇਰੀ ਬੇਟੀ ਔਰ ਵਾਈਫ ਦੀ 4 ਡਰੈਸਾਂ ਆਈਆਂ ਨੇ ਮੈਂ ਹੈਰਾਨ ਸੀਗਾ ਕਿ ਸਲਮਾਨ ਖਾਨ ਆ ਰਿਹਾ ਕਿ ਅਸੀਂ ਕੋਈ ਵਿਆਹ ਤੇ ਚੱਲੇ ਹਾਂ ਕਿ ਪਤਾ ਨਹੀਂ ਸਾਨੂੰ ਦੇਖਿਆ ਵੀ ਹੋਏਗਾ ਕਿ ਨਹੀਂ ਪਰ ਐਨੀਵੇਜ਼ ਲੇਕਿਨ ਇੱਕ ਵਿਆਹ ਮੈਂ ਕੀ ਕਿਹਾ ਇੱਕ ਵਿਆਹ ਵਰਗਾ ਮਾਹੌਲ ਹੋ ਗਿਆ ਸੀਗਾ ਵੀ ਲਵਡ ਇਟ ਵੀ ਇੰਜੋਇਡ ਇਟ ਇੱਕ ਹੋਰ ਅੱਛੀ ਗੱਲ ਹੈ ਜਦੋਂ ਇਹੋ ਜਿਹੇ ਇਵੈਂਟਸ 'ਤੇ ਜਾਓ ਨਾ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਦੇ ਹੋ ਜੀ ਉੱਥੇ ਗੈਟ ਟੂਗੈਦਰ ਹੁੰਦਾ ਪਤਾ ਨਹੀਂ ਕਿੰਨੇ ਲੋਕ ਸਾਨੂੰ ਉੱਥੇ ਮਿਲੇ ਕਿੰਨੇ ਲੋਕਾਂ ਨਾਲ ਅਸੀਂ ਤਸਵੀਰਾਂ ਖਿਚਾਈਆਂ ਜਿਹੜੇ ਉੱਥੇ ਪ੍ਰੈਜ਼ੈਂਟ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਪਲੀਜ਼ ਜ਼ਰੂਰ ਦੱਸਣਾ ਕਿ ਤੁਹਾਨੂੰ ਉਹ ਪ੍ਰੈਸ ਕਾਨਫਰੰਸ ਦਾ ਆਈਡੀਆ ਅੱਛਾ ਲੱਗਿਆ ਸੀ ਕਿ ਨਹੀਂ ਉਹ ਕੁਰਸੀਆਂ ਦੀ ਸੈਟਿੰਗ ਤੇ ਸਟੇਜ ਨਹੀਂ ਮੈਂ ਲਗਾਇਆ ਤੇ ਨਹੀਂ ਸੀ ਮੈਂ ਹੈਲਪ ਕਰਾਈ ਸੀ ਕਿ ਇਸ ਜਗ੍ਹਾ ਤੇ ਨਹੀਂ ਇਸ ਜਗ੍ਹਾ ਤੇ ਹੋਣਾ ਚਾਹੀਦਾ ਸੋ ਉਹ ਆਪਣੀ ਇਨਪੁਟ ਦਿੱਤੀ ਸੀਗੀ ਕੋਈ ਵੀ ਕੰਮ ਕਰਾਉਣਾ ਹੋਵੇ ਇਹੋ ਜਿਹਾ ਰਿਲੇਟਡ ਤੁਸੀਂ ਮੋਨੀ ਗਿੱਲ ਨੂੰ ਕਾਲ ਕਰੋ ਇਹ ਕਮਿਊਨਿਟੀ ਲਈ ਫ੍ਰੀ ਸੇਵਾ ਕਰਨ ਲਈ ਬੈਠੀ ਹੈਗੀ ਐਕਚੁਅਲੀ ਮੈਨੂੰ ਕਿਸੇ ਨੇ ਉੱਥੇ ਕਿਹਾ ਵੀ ਵਾਈ ਯੂ ਬਰਨਿੰਗ ਯੋਰ ਐਨਰਜੀ ਤੇਰਾ ਇਨਵਾਈਟ ਨਹੀਂ ਹੈ ਤੂੰ ਆਰਾਮ ਨਾਲ ਬਹਿ ਆਪਣੇ ਹਿੰਦੁਸਤਾਨ ਫਲਾਣਾ ਬੰਦਾ ਵੈਲਕਮ ਕਰ ਰਿਹਾ ਉਹਨੇ ਆ ਕੇ ਕਿਹਾ ਵਾਸ਼ਿੰਗਟਨ ਨੇ ਮੈਨੂੰ ਵੈਲਕਮ ਕੀਤਾ ਵਾਸ਼ਿੰਗਟਨ ਚ ਅਸੀਂ ਸਾਰੇ ਹੈਗੇ ਸੋ ਮੈਂ ਤੇ ਖੈਰ ਉਹਦੇ ਰੂਪ ਤੋਂ ਮੈਸਮਰਾਈਜ਼ ਸੀਗੀ ਸਲਮਾਨ ਦੇ ਮੈਨੂੰ ਤਾਂ ਇੰਨਾ ਹੀ ਖੁਸ਼ੀ ਹੋ ਗਈ ਮੈਂ ਉਹਦੀ ਬਾਹ ਫੜ ਲਿੱਤੀ ਟੱਚ ਕਰ ਲਿੱਤਾ ਮੈਨੂੰ ਖੁਸ਼ੀ ਹੋਈ ਆਈ ਵਿਸ਼ ਕਿ ਜੱਫੀ ਪਾਉਣ ਦਾ ਮੌਕਾ ਮਿਲਦਾ ਪਰ ਮੇਬੀ ਨੈਕਸਟ ਟਾਈਮ ਐਡਾ ਨਹੀਂ ਜੱਫੀਆਂ ਜੀ ਨੈਕਸਟ ਟਾਈਮ ਮੇਬੀ ਨੈਕਸਟ ਟਾਈਮ ਕੁੱਟ ਕੇ ਜੱਫੀ ਮੈਂ ਛੱਡਣਾ ਨਹੀਂ ਸੀ ਚਲੋ ਉਹ ਜਦ ਤੋਂ ਪਹਿਲਾਂ ਅਸੀਂ ਹਾਸੇ ਨਾਲ ਅਸੀਂ ਵੀਕਐਂਡ ਦਾ ਅਲਵਿਦਾ ਕਰਨਾ ਜਿੰਨੇ ਵੀ ਮੈਂ ਸਾਰਿਆਂ ਨੇ ਪਲੀਜ਼ ਉਹਨਾਂ ਦੀ ਟਿਕਟਾਂ ਬਾਏ ਕਰਨਾ ਸ਼ੁਰੂ ਕਰ ਦਿਓ ਏਆਰ ਰਮਾਨ ਦੀਆਂ ਟਿਕਟਾਂ ਬਹੁਤ ਜਲਦੀ ਸੋਲਡ ਆਊਟ ਹੋ ਰਹੀਆਂ ਨੇ ਇੱਕ ਹੋਰ ਸੈਕਸੀ ਗਾਇ ਇਨ ਦਾ ਟਾਊਨ ਆ ਰਿਹਾ ਜੌਨ ਆ ਰਿਹਾ ਉਹੀ ਮੈਂ ਕਹਿੰਦਾ ਜੌਨ ਨੂੰ ਮੈਨੂੰ ਲੱਗਦਾ ਦੇਖਣ ਲਈ ਸ਼ਾਇਦ ਬੰਦੇ ਜ਼ਿਆਦਾ ਆਣ ਸੀਰੀਅਸਲੀ ਜੌਨ ਇਬਰਾਹਿਮ ਸੁਪਰ ਹਾਟ ਜੀ ਸਾਡੇ ਇੰਡੀਆ ਦਾ ਬਹੁਤ ਹੀ ਨਵਾਂ ਫਿੱਟ ਮੁੰਡਾ ਆ ਰਿਹਾ ਹੈ ਹਲਕ ਜਾਂ ਹੰਕ ਜਿਹਨੂੰ ਕਹੀਦਾ ਨਾ ਉਹ ਹੈਗਾ ਜੀ ਹਾਂ ਤੇ ਉਹਦਾ ਸ਼ੋ ਬਿਲਕੁਲ ਨਾ ਮਿਸ ਕਰਨਾ ਕਿਉਂਕਿ ਉਹ ਵੀ ਵਨ ਆਫ ਕਾਈਂਡ ਹੋਏਗਾ ਨਹੀਂ ਉਹਦੇ ਚ ਸੁਦੇਸ਼ ਬੇਰੀ ਵੀ ਹੈ ਕ੍ਰਿਸ਼ਨਾ ਵੀ ਹੈ ਕੁਮਾਰ ਸ਼ਾਨੂ ਵੀ ਹੈ ਅਲਕਾ ਯਾਗਨੀ ਵੀ ਹੈ ਯਾਨੀ ਕਿ ਖੂਬਸੂਰਤੀ ਵੀ ਹੈ ਬਾਡੀ ਬਿਲਡਿੰਗ ਵੀ ਹੈ ਕਾਮੇਡੀ ਵੀ ਹੈ ਤੇ ਸੁਰੀਲਾ ਗਾਣਾ ਵੀ ਹੈ ਹੌਟਨੈਸ ਓ ਮਾਈ ਗੋਡ ਸਾਰਾ ਕੁਝ ਕੀ ਕਹਦਾ ਉਹਦੀ ਜਿਹੜੀ ਮੈਂ ਪ੍ਰੋਮੋ ਵੇਖ ਰਹੀ ਸੀ ਉਹਦੀ ਮੈਨੂੰ ਕਹਿਣਾ ਤੇ ਚਾਹੀਦਾ ਕੈਮਰੇ ਪਰ ਮੈਂ ਕਹਿ ਦਿੰਦੀ ਹਾਂ ਕਿ ਪ੍ਰੋਮੋ ਦੇ ਵਿਚਾਰ ਹੈ ਕੀ ਉਹਦੀ ਜਿਹੜੀ ਉਹ ਕੱਛਾ ਪਾਇਆ ਕੱਛਾ ਪਾ ਕੇ ਓਹੋ ਸਟੇਜ ਤੇ ਨਾ ਕੱਛਾ ਪਾ ਕੇ ਆ ਜਾ ਵਿਜੇ ਸਰ ਪਲੀਜ਼ ਮੇਕ ਸ਼ੋਰ ਕਰਨਾ ਕੁੜੀਆਂ ਨੇ ਭੱਜ ਜਾਣਾ ਭੱਜ ਜਾਣਾ ਬੰਦਿਆਂ ਨੇ ਭੱਜ ਜਾਣਾ ਸਟੇਜ ਤੇ ਭੱਜ ਜਾਣਾ ਕਿਤੇ ਸਟੇਜ ਤੇ ਮੈਨੂੰ ਇਹ ਹੈ ਕਿ ਵਿਚਾਰੇ ਕੋਲ ਕੁਝ ਹੋਰ ਲੁਕਾਉਣ ਵਾਸਤੇ ਹੋਏਗਾ ਕਿ ਨਹੀਂ ਕਿਉਂਕਿ ਜੈਂਡਰ ਵੇਅਰ ਪਾਇਆ ਹੋਇਆ ਜਿੰਨੇ ਪੈਸੇ ਉਹਨੂੰ ਦੇਣੇ ਨੇ ਉਹਦੇ ਅੱਧਿਆਂ ਪੈਸੇ ਤੁਹਾਨੂੰ ਪੈਂਟਾਂ ਲੈ ਦੇਣਾ ਨੋ ਪਰ ਸੀਰੀਅਸਲੀ ਵੈਰੀ ਵੈਰੀ ਹੌਟ
ਐਕਟਰ ਆ ਰਿਹਾ ਜੀ ਔਰ ਏਆਰ ਰਹਿਮਾਨ ਉਹ ਆਪਣੀ ਵੌਇਸ ਤੇ ਹਾਟਨੈਸ ਨਾਲ ਏਆਰ ਰਹਿਮਾਨ ਦਾ ਕੋਈ ਕੰਪੈਰੀਜ਼ਨ ਨਹੀਂ ਹੈ ਜੀ ਸਾਡੀ ਇਸ ਨੋ ਕੰਪੈਰੀਜ਼ਨ ਏਆਰ ਰਹਿਮਾਨ ਹੀ ਇਜ਼ ਅ ਲੈਜੈਂਡ ਬਿਲਕੁਲ ਆਈ ਮੀਨ ਇੰਡੀਅਨ ਫਿਲਮ ਇੰਡਸਟਰੀ ਦੇ ਬਾਲੀਵੁੱਡ ਦੇ ਇਸ ਟਾਈਮ ਹੀ ਇਜ਼ ਸਚਿਨ ਟੈਂਡੂਲਕਰ ਆਫ ਮਿਊਜ਼ਿਕ ਜੀ ਬਿਲਕੁਲ ਹੋਰ ਵੀ ਬੜੇ ਉਸਤਾਦ ਨੇ ਸਾਰਾ ਕੁਛ ਹੈ ਮਿਊਜ਼ਿਕ ਦੇ ਸੇ ਸਤਿਕਾਰ ਕਰਨੇ ਰਿਸਪੈਕਟ ਕਰਨੇ ਹੈ ਬਾਕੀ ਸਾਰੇ ਆਰਟਿਸਟਾਂ ਵੀ ਕਰਨੇ ਬਟ ਏ ਆਰ ਰਹਿਮਾਨ ਇਸ ਏ ਆਰ ਸੋ ਗਾਇਸ ਜਾਂਦੇ ਜਾਂਦੇ ਅਸੀਂ ਆਪਣਾ ਇਹੀ ਸੰਦੇਸ਼ਾ ਦਿੰਦੇ ਜਾਵਾਂਗੇ ਗੋ ਹੈਡ ਐਂਡ ਇੰਜੋਏ ਯੋਰ ਸੈਲਫ ਇਹ ਨਾ ਕਰ ਕਿ ਆਹ ਇਵੈਂਟ ਤੇਰਾ ਆਹ ਮੇਰਾ ਆਹ ਫਲਾਨ ਦਾ ਆਹ ਇਹਦਾ ਸੋ ਪਲੀਜ਼ ਗੋ ਹੈਡ ਐਂਡ ਇੰਜੋਏ ਯੋਰ ਸੈਲਫ ਗੋ ਕ੍ਰੇਜ਼ੀ ਕਿਉਂਕਿ ਆਪਾਂ ਪਰਦੇਸ 'ਚ ਬੈਠੇ ਹਾਂ ਪਰਦੇਸ 'ਚ ਜਦੋਂ ਵੀ ਸਾਡੇ ਦੇਸ਼ ਤੋਂ ਕੋਈ ਆਉਂਦਾ ਆਪਣੀ ਦੇਸ਼ ਦੀ ਖੁਸ਼ਬੂ ਔਰ ਆਪਣੀ ਦੇਸ਼ ਦੀ ਮਿੱਟੀ ਦੀ ਯਾਦ ਤਾਜ਼ਾ ਕਰਾਉਂਦਾ ਤੇ ਪਲੀਜ਼ ਉਸ ਚੀਜ਼ ਨੂੰ ਯਾਦ ਜ਼ਰੂਰ ਰੱਖਣਾ ਉਸ ਚੀਜ਼ ਨੂੰ ਇੰਜੋਏ ਕਰਨਾ ਤੇ ਪੰਜਾਬੀ 'ਚ ਜਾਣ ਤੋਂ ਪਹਿਲਾਂ ਕਹੂੰਗਾ ਵਿਜੇ ਤਨੇਜਾ ਸਾਹਿਬ ਤੁਸੀਂ ਚੱਕਦੇ ਫੱਟੇ ਯੈਸ ਤੇ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ।